ਪਜਾਮੇ ਆ ਗਏ ਜੀ ਇੱਧਰ ਮੁੰਡਿਆਂ ਵਾਸਤੇ ਪਜਾਮੇ ਐਨ ਐਸ ਕੱਪੜੇ ਦੇ ਵਿੱਚ ਪਜਾਮੇ ਤੁਸੀਂ ਦੇਖ ਸਕਦੇ ਹੋ ਜੀ ਵੱਖਰੇ ਵੱਖਰੇ ਰੰਗ ਵੱਖਰੇ ਵੱਖਰੇ ਡਿਜ਼ਾਈਨ ਰੇਟ ਕੀ ਲੱਗੂਗਾ ਜੀ 150 ਰੁਪਏ 150 ਰੁਪਿਆ ਫੱਟੀਆਂ ਵਾਲੇ ਲੈ ਜਾਓ ਜੀ ਆ ਦੇਖੋ ਜੀ ਵੱਖਰੇ ਵੱਖਰੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਹਰ ਇੱਕ ਦਾ ਰੇਟ ਨਾਲ ਲੱਗੂਗਾ ਜੀ 150 ਰੁਪਿਆ ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ L XL XL ਪਿੱਛੇ ਡਿਸਪਲੇ ਕੀਤੀ ਹੋਈ ਹੈ ਜੀ ਉਹ 200 ਰੁਪਏ ਦਾ ਜੀ ਪਿੱਛੇ ਵਾਲੇ ਤੁਹਾਨੂੰ ਮਿਲ ਜਾਣਗੇ 200 ਰੁਪਏ ਦੇ ਵਿੱਚ ਉਹ ਜਿਹੜੇ ਪਿੱਛੇ ਵਾਲੇ 200 ਰੁਪਏ ਦੇ ਵਿੱਚ ਆਹ ਵਾਲੇ ਤੁਹਾਨੂੰ ਮਿਲ ਜਾਣਗੇ 150 ਚ ਸ਼ਰਟਾਂ 2500 ਰੁਪਏ ਦੇ ਵਿੱਚ ਫੁੱਲ ਸਲੀਵ ਸ਼ਰਟ ਆ ਗਿਆ ਜੀ ਮੁੰਡਿਆਂ ਵਾਸਤੇ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਦੇਖੋ ਜੀ 200 ਰੁਪਿਆ ਰੰਗ ਵੱਖਰੇ ਵੱਖਰੇ ਮਿਲ ਜਾਣਗੇ ਨਾ ਦੇਖੋ ਜੀ ਢੇਰ ਲੱਗਾ ਪਿਆ ਸ਼ਰਟਾਂ ਦਾ ਕਿੰਨਾ ਵੱਡਾ ਢੇਰ ਹੈਗਾ ਜੀ 250 ਰੁਪਿਆ ਜੀ ਰੱਖੇ ਵੱਖਰੇ ਵੱਖਰੇ ਰੰਗ ਵੱਖਰੇ ਵੱਖਰੇ ਸਾਈਜ਼ ਤੁਹਾਨੂੰ ਮਿਲ ਜਾਣਗੇ ਮੁੰਡਿਆਂ ਵਾਸਤੇ ਸ਼ਰਟਾਂ 250 150 ਚ ਪਜਾਮਾ ਜੀ ਇੱਧਰ ਖੜਾਉਣੇ ਕਿੰਨੇ ਚਾਹੀਏ ਜੀ ਆ ਵਾਲੇ ਖੜੋੜਾ 50 ਰੁਪਏ ਜੀ ਆਹ 50 ਰੁਪਏ ਦਾ ਹਾਂਜੀ 50 ਰੁਪਏ ਆਹ ਦੇਖੋ ਜੀ ਖੜਾਉਣਾ ਤੁਹਾਨੂੰ ਮਿਲ ਜੂਗਾ ਬੱਚਿਆਂ ਵਾਸਤੇ 50 ਰੁਪਏ ਜੀ 50 ਰੁਪਏ ਦਾ ਰੱਖੜੀਆਂ 10 ਰੁਪਏ ਤੋਂ 20 ਰੁਪਏ ਤੋਂ ਸ਼ੁਰੂ ਹੋ ਰਹੀਆਂ ਨੇ ਆਹ ਵਾਲਾ ਜੀ 20 ਰੁਪਏ 20 ਰੁਪਏ ਦਾ ਇੱਕ 20 ਰੁਪਏ ਦਾ ਇੱਕ ਧਾਗਾ ਤੁਹਾਨੂੰ ਇੱਥੇ ਮਿਲ ਜੂਗਾ ਜੀ ਹੋਰ ਵੀ ਵੈਰਾਈਟੀਆਂ ਪਿੱਛੇ ਖੜਾਉਣੇ ਵੀ ਤੁਹਾਨੂੰ ਉੱਥੇ ਮਿਲ ਜਾਣਗੇ ਜੀ ਪਿੱਛੇ ਖੜਾਉਣੇ ਗੱਡੀਆਂ ਦਾ ਰੇਟ ਕੀ ਆ 50 ਰੁਪਏ ਜਿਹੜਾ ਮਰਜ਼ੀ ਗੱਡੀ ਜਿਹੜਾ ਮਰਜ਼ੀ 50 ਰੁਪਏ 'ਚ ਖੜਾਉਣਾ ਆਹ ਦੇਖੋ ਜਿਹੜਾ ਮਰਜ਼ੀ ਚੱਕੋ ਜੀ 50 ਰੁਪਏ ਦੇ ਵਿੱਚ ਆ ਵੀ 50 ਰੁਪਏ 'ਚ ਆ ਵੀ 50 ਰੁਪਏ 'ਚ ਗੱਡੀ ਲਓ ਜੀ 50 ਰੁਪਏ ਦੇ ਵਿੱਚ ਖੜਾਉਣੇ ਤੁਹਾਨੂੰ ਮਿਲ ਜਾਣਗੇ ਜੀ ਹਾਂਜੀ ਲਓ ਜੀ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਹੋਰ ਵੈਰਾਈਟੀਆਂ ਦੇਖੋ ਜੀ ਪਜਾਮੇ ਆ ਗਏ ਜੀ ਕਿੰਨੇ 'ਚ 100 ਰੁਪਿਆ ਜੀ ਪਜਾਮੇ ਵੀ ਆ ਗਏ 100 ਰੁਪਿਆ 100 ਰੁਪਿਆ 100 ਰੁਪਿਆ ਵੱਖਰੇ ਵੱਖਰੇ ਪਜਾਮੇ ਬਿੰਦੀਆਂ ਵਾਲੇ ਪ੍ਰਿੰਟਡ ਪਜਾਮੇ ਲੇਡੀਜ਼ ਪਜਾਮੇ ਦੇਖੋ ਜੀ 100 ਰੁਪਏ ਦੇ ਵਿੱਚ ਸੇਲ ਲੱਗ ਚੁੱਕੀ ਲੇਡੀਜ਼ ਚੱਪਲ ਮਿਕਸ ਵੈਰਾਈਟੀ ਮੋਜਾ ਵੀ 100 ਰੁਪਿਆ ਆ ਵੀ 100 ਰੁਪਿਆ ਆਹ ਦੇਖੋ ਜੀ 100 ਰੁਪਿਆ 100 ਰੁਪਿਆ 100 ਰੁਪਿਆ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਜੀ ਕੁੜੀਆਂ ਵਾਸਤੇ ਆ ਗਏ ਜੀ 100 ਰੁਪਏ ਦੇ ਵਿੱਚ ਇੱਧਰ ਵਾਲੀ 150 ਰੁਪਿਆ ਉੱਪਰ ਵਾਲੀ ਤੁਹਾਨੂੰ ਮਿਲ ਜਾਊਗੀ ਮੁੰਡਿਆਂ ਵਾਸਤੇ 150 150 ਰੁਪਏ ਦੇ ਵਿੱਚ ਕੁੜੀਆਂ ਵਾਸਤੇ ਵੀ ਜਿਹੜੇ ਆ ਜਿਹੜੀ ਚੱਪਲ ਤੁਸੀਂ ਦੇਖ ਰਹੇ ਹੋ 150 ਰੁਪਏ ਦੇ ਵਿੱਚ ਅੱਛਾ ਜੀ ਆਹ 100 150 ਠੀਕ ਹੈ ਹੋਰ ਪਿੱਛੇ ਵੀ 100 100 ਰੁਪਏ ਦੇ ਵਿੱਚ ਮਤਲਬ ਕਿ ਜ਼ਿਆਦਾ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜੂਗੀ 100 100 ਰੁਪਏ ਦੇ ਵਿੱਚ ਬੱਚਿਆਂ ਦੀ ਕਲੈਕਸ਼ਨ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜੀ ਗਰਮੀਆਂ ਦੇ ਵਿੱਚ ਜਿਹੜੀ ਬਹੁਤ ਹੀ ਜ਼ਿਆਦਾ ਚੱਲਦੀ ਹੈ ਜੀ ਪੂਰਾ ਪੂਰਾ ਸੂਟ ਤੁਹਾਨੂੰ ਮਿਲ ਜੂਗਾ ਜੀ ਬੱਚਿਆਂ ਦਾ 100 ਰੁਪਏ ਦੇ ਵਿੱਚ ਆਲ ਓਵਰ ਸੂਟ ਸੇਮ ਕਲਰ ਦਾ ਪਜਾਮਾ ਸੇਮ ਕਲਰ ਦੀ ਉੱਤੇ ਤੁਹਾਨੂੰ ਸ਼ਰਟ ਮਿਲਣ ਵਾਲੀ ਹੈ ਜੀ ਰੇਟ ਤੁਹਾਨੂੰ ਲੱਗੂਗਾ 100 ਰੁਪਿਆ ਹਾਂਜੀ ਇਹਦਾ ਰੇਟ ਜੀ ਜੀ 100 ਰੁਪਿਆ ਆਹ ਦੇਖੋ ਜੀ ਪ੍ਰਿੰਟਡ ਵੀ ਲੈ ਕੇ ਜਾ ਸਕਦੇ ਆ ਮੁੰਡਿਆਂ ਵਾਸਤੇ ਨਾ ਬੱਚਿਆਂ ਵਾਸਤੇ ਜਿਹੜਾ ਮਰਜ਼ੀ ਪਾ ਸਕਦੇ ਵੈਸੇ ਨਾ ਕੁੜੀਆਂ ਵੀ ਪਾ ਸਕਦੀਆਂ ਇਹਨੂੰ ਬੇਬੀ ਗਰਲ ਬੇਬੀ ਬੋਆਏ ਵੀ ਪਾ ਸਕਦੇ ਆ ਜੀ ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 100 ਰੁਪਿਆ ਜੀ ਜਿਹੜਾ ਮਰਜ਼ੀ ਲੈ ਜਾਓ ਜੀ 100 100 ਰੁਪਏ ਦੇ ਵਿੱਚ ਆ ਦੇਖੋ ਜੀ ਅੱਗੇ ਆ ਗਈਆਂ ਫਰਾਕਾਂ ਇਹ ਵੀ ਤੁਹਾਨੂੰ ਮਿਲ ਜਾਣਗੀਆਂ 100 100 ਰੁਪਏ ਦੇ ਵਿੱਚ ਛੋਟੇ ਸਾਈਜ਼ ਵੱਡੇ ਸਾਈਜ਼ ਜਿਹੋ ਜਿਹੇ ਮਰਜ਼ੀ ਆਈਟਮ ਲੈ ਜਾਓ ਜੀ ਟੀ ਸ਼ਰਟ ਨਿੱਕਰ ਲੈ ਜਾਓ 100 ਰੁਪਿਆ ਉੱਪਰ ਹੋਰ ਵੀ ਵਰਾਈਟੀਆਂ ਪਾਈ ਉਹਨਾਂ ਕੋਲ ਲੱਗੀਆਂ ਭਾਈ ਪਜਾਮੀ ਕਿੰਨੇ ਦੇ ਇੱਕ ਜੀ 100 ਦੀਆਂ 4 100 ਦੀਆਂ 4 25 ਰੁਪਏ ਦੀ ਇੱਕ ਪਜਾਮੀ ਹੁੰਦੀ ਆ ਸੂਟ ਹੁੰਦੇ ਬੱਚਿਆਂ ਦੇ ਭਾਈ 0 ਸਾਈਜ਼ ਤੋਂ ਲੈ ਕੇ 2-3 ਸਾਲ ਦੇ ਬੱਚੇ ਤੱਕ ਤੁਹਾਨੂੰ ਇੱਥੋਂ ਕੱਪੜੇ ਮਿਲ ਜਾਣਗੇ ਦੇਖੋ ਜੀ ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਕੁੜਤੇ ਪਜਾਮਿਆਂ ਦੇ ਜੀ ਭਾਈ ਉਹਨੇ ਡੇਲੀ ਇੱਥੇ ਹੁੰਦੇ ਆ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਦੀ ਆ ਦੇਖੋ ਬਿਲਡਿੰਗ ਹੈਗੀ ਆ ਜੀ ਬਿਲਕੁਲ ਬੈਕ ਸਾਈਡ ਤੇ ਹੁੰਦੇ ਭਾਈ ਉਹਨੇ ਹਰ ਰੋਜ਼ ਭਾਈ ਪੱਕਾ ਅੱਡਾ ਇਹੋ ਜਿਹਾ ਆਪਣਾ ਪੱਕਾ ਅੱਡਾ ਭਾਈ ਉਹਨਾਂ ਦੇਖੋ ਪੱਖਾ ਲੱਗਾ ਹੁੰਦਾ ਕੋਲ ਤੇ ਬੈਕ ਸਾਈਡ ਤੇ ਤੁਸੀਂ ਲੋਕੇਸ਼ਨ ਦੇਖ ਲਓ ਸੂਟ ਹੁੰਦੇ ਬੱਚਿਆਂ ਦੇ 100 ਰੁਪਏ ਤੋਂ ਸ਼ੁਰੂ ਹੁੰਦੇ ਆ ਤੇ ਉਸ ਤੋਂ ਉੱਪਰ 100 ਰੁਪਏ ਇੱਕੋ ਰੇਟ ਰੱਖਿਆ ਭਾਈ 100 ਇੱਕੋ ਰੇਟ ਰੱਖਿਆ ਜਿਹੜਾ ਮਰਜ਼ੀ ਚੀਜ਼ ਲੈ ਜਾਓ ਜੀ 150 ਦੀਆਂ ਦੋ ਵਾਲੀਆਂ ਵੀ ਹੈਗੀਆਂ ਬਾਈ ਅੱਛਾ ਜੀ 150 ਦੋ ਵਾਲੀਆਂ ਵੀ ਹੈਗੀਆਂ ਮਤਲਬ 75 ਰੁਪਏ ਦੀ ਇੱਕ 75 ਰੁਪਏ ਦੀ ਇੱਕ ਸੈਂਡੋ ਨਾਲ ਨਿੱਕਰ ਜੀ ਅੱਜ ਕੱਲ ਗਰਮੀਆਂ ਹੈਗੀਆਂ ਜੀ ਬਹੁਤ ਜ਼ਿਆਦਾ ਵੈਰਾਈਟੀ ਚੱਲਦੀ ਹੈ ਜੀ ਪਿਓਰ ਕਾਟਨ ਬਹੁਤ ਮੁਲਾਇਮ ਕੱਪੜਾ ਹੈਗਾ ਜੀ 150 ਦੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਰੰਗ ਤੁਹਾਨੂੰ ਮਿਲ ਜਾਣਗੇ ਚ ਵੱਖਰੇ ਵੱਖਰੇ ਆਹ ਦੇਖੋ ਸਿਲਵਰ ਰੋਲ ਦੇ ਤੁਹਾਨੂੰ ਸੈਂਪਲ ਤੁਹਾਨੂੰ ਦਿਖਾ ਰਿਹਾ ਸੈਂਪਲ ਲੱਗੇ ਹੋਏ ਸੇਮ ਚੀਜ਼ ਹੁੰਦੀ ਹੈ ਨਾ ਹਾਂਜੀ ਹਾਂਜੀ ਰੋਟੀ ਪੈਕ ਕਰਨ ਵਾਸਤੇ ਰੋਟੀ ਪੈਕ ਕਰਨ ਵਾਸਤੇ ਹੋਰ ਵੀ ਕੋਈ ਕੁਝ ਤੁਸੀਂ ਪੈਕ ਕਰ ਸਕਦੇ ਬੱਚਿਆਂ ਦੇ ਟਿਫਨ ਵਿੱਚ ਪੈਕ ਕਰਨ ਦੇ ਬਹੁਤ ਹੀ ਜ਼ਿਆਦਾ ਕੰਮ ਆਉਂਦਾ ਸਿਲਵਰ ਰੋਲ ਰੇਟ ਤੁਹਾਨੂੰ ਲੱਗੂਗਾ ਜੀ ਸਿਰਫ 50 ਰੁਪਏ ਹੈਗਾ ਜੀ 9 ਮੀਟਰ ਲੰਬਾਈ ਤੁਹਾਨੂੰ ਮਿਲੂਗੀ ਭਾਈ ਪੱਕੀ 9 ਮੀਟਰ ਹੁੰਦੀ ਲੰਬਾਈ ਨਾ ਗਰੰਟੀ ਪੂਰੀ
ਪੂਰੀ ਗਰੰਟੀ ਹੈ ਜੀ। ਸਿਲਵਰ ਰੋਲ ਤੁਹਾਨੂੰ ਮਿਲੂਗਾ 50 ਰੁਪਏ ਦੇ ਵਿੱਚ, ਲੰਬਾਈ ਮਿਲੂਗੀ 9 ਮੀਟਰ। ਆ ਦੇਖੋ ਜੀ, ਰੋਟੀ ਪੈਕ ਕਰੋ, ਜੋ ਮਰਜ਼ੀ ਪੈਕ ਕਰੋ। ਇੱਧਰ ਤੁਹਾਨੂੰ ਮੈਟ ਵੀ ਮਿਲ ਜਾਣਗੇ, ਡੋਰ ਮੈਟ ਜੀ, ਡੋਰ ਮੈਟ। ਰੇਟ ਤੁਹਾਨੂੰ ਲੱਗੂਗਾ ਜੀ 50 ਰੁਪਏ, 50 ਰੁਪਏ, 50 ਰੁਪਏ, ਜਿਹੜਾ ਮਰਜ਼ੀ ਰੰਗ ਲੈ ਜਾਓ ਜੀ। ਰੇਟ ਸਿੰਗਲ ਪੀਸ ਦਾ ਤੁਹਾਨੂੰ ਲੱਗੂਗਾ ਜੀ 50 ਰੁਪਿਆ। ਦੇਖੋ ਜੀ ਲਿਖਿਆ ਹੋਇਆ ਮੈਟ 50 ਰੁਪਏ, ਜਿਹੜਾ ਮਰਜ਼ੀ ਲਵੋ। ਆ ਵੀ 50 ਰੁਪਏ ਜੀ, ਜਿਹੜਾ ਮਰਜ਼ੀ ਲਵੋ। ਆ ਦੇਖੋ ਜੀ, ਜਿਹੜਾ ਮਰਜ਼ੀ ਲੈ ਕੇ ਜਾ ਸਕਦੇ 50 ਰੁਪਏ। ਆ ਵੀ ਤੁਹਾਨੂੰ ਮਿਲ ਜੂਗਾ ਜੀ 50 ਰੁਪਏ ਦੇ ਵਿੱਚ। ਇਹ ਵਰਾਇਟੀ ਹੋਰ ਹੈ, ਆਹ ਵਰਾਇਟੀ ਹੋਰ ਹੈ। ਸੋ ਭਾਈ ਹੋਣੀ ਹਰ ਰੋਜ਼ ਇੱਥੇ ਆਉਂਦੇ ਹੋ ਨਾ ਜੀ? ਡੇਲੀ ਇੱਥੇ ਜੀ। ਸੋ ਭਾਈ ਹੋਣੀ ਹਰ ਰੋਜ਼ ਇੱਥੇ ਆਉਂਦੇ ਆ ਜੀ। ਸਿਲਵਰ ਰੋਲ ਅਤੇ ਮੈਟ ਵੀ ਤੁਸੀਂ ਲੈ ਕੇ ਜਾ ਸਕਦੇ ਹੋ 50 ਰੁਪਏ, 50 ਰੁਪਏ ਜੀ। ਨਾਲ ਹੀ ਤੁਹਾਨੂੰ ਬਾਪੂ ਜੀ ਹੋਣਾ ਕੋਲੋਂ ਹੈੱਡਫੋਨ ਮਿਲ ਜਾਣਗੇ ਜੀ। ਆ ਦੇਖੋ ਜੀ ਕਿੰਨੇ 'ਚ ਸ਼ੁਰੂ ਹੋ ਰਿਹਾ ਜੀ ਹੈੱਡਫੋਨ? 50 ਰੁਪਏ, 50 ਰੁਪਏ ਜੀ। ਆਹ ਦੇਖੋ ਜੀ 50-50 ਰੁਪਏ 'ਚ ਹੈੱਡਫੋਨ ਤੁਹਾਨੂੰ ਮਿਲ ਜਾਣਗੇ। ਆਹ ਦੇਖੋ ਜੀ, ਚੈੱਕ ਕਰਕੇ ਦੇਖਦੇ ਜੀ, ਚੈੱਕ ਕਰਕੇ ਦਿੰਦੇ ਹੋ ਜੀ? ਹਾਂਜੀ, 3.5 mm ਦਾ ਜੈਕ ਕਲਿਪ ਮਿਲੂਗਾ ਜੀ। ਹੈੱਡਫੋਨ ਤੁਹਾਨੂੰ ਮਿਲ ਜਾਣਗੇ ਵਾਇਰ ਵਾਲੇ, ਵਿਦਆਊਟ ਵਾਇਰ ਵੀ ਹੈਗੇ ਆ? ਹਾਂਜੀ, ਵਿਦਆਊਟ ਵਾਇਰ ਨਹੀਂ, ਵਿਦਆਊਟ ਵਾਇਰ ਨਹੀਂ, ਵਾਇਰ ਵਾਲੇ ਹੈੱਡਫੋਨ। ਡਾਟਾ ਕੇਬਲ ਮਿਲ ਜੂਗੀ। ਅੱਛਾ ਜੀ, ਡਾਟਾ ਕੇਬਲ ਮਿਲ ਜੂਗੀ। ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 50 ਰੁਪਏ, 50 ਰੁਪਏ। ਦੇਖੋ ਜੀ ਅੰਕਲ ਹੋਣਾ ਕੋਲ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਹੈ। ਡਾਟਾ ਕੇਬਲ ਵੀ ਹੁੰਦੀ ਹੈ, ਡਾਟਾ ਕੇਬਲ ਦਾ ਰੇਟ ਕੀ ਆ? 50 ਰੁਪਏ, ਡਾਟਾ ਕੇਬਲ ਵੀ 50 ਰੁਪਏ ਜੀ, ਹੈੱਡਫੋਨ ਵੀ 50 ਰੁਪਏ। ਸੋ ਦੋਸਤੋ, ਡੇਲੀ ਭਾਈ ਹੋਣੇ ਇੱਥੇ ਹੁੰਦੇ ਆ ਜੀ। ਇੱਥੇ ਤੁਸੀਂ ਦਰਸ਼ਨ ਕਰਨ ਆਉਣ ਵਾਸਤੇ ਆਓਗੇ ਜਦੋਂ, ਤਾਂ ਇੱਥੋਂ ਆਣ ਕੇ ਹੈੱਡਫੋਨ ਸਿਲਵਰ ਰੋਲ ਵੀ ਲੈ ਕੇ ਜਾ ਸਕਦੇ ਹੋ ਜੀ। ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਬੌਬੀ ਗਾਰਮੈਂਟਸ, ਰਾਮਸਰ ਰੋਡ, ਅੰਮ੍ਰਿਤਸਰ, ਨੀਅਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ, ਸ਼ਹੀਦਾਂ ਸਾਹਿਬ। ਤੁਹਾਨੂੰ ਇੱਥੋਂ ਦਿਖਾ ਰਹੇ ਹਾਂ ਜੀ ਬੱਚਿਆਂ ਦੀਆਂ ਟੀ ਸ਼ਰਟਾਂ ਪ੍ਰਿੰਟਡ, ਨਵੇਂ ਨਵੇਂ ਪ੍ਰਿੰਟ ਆ ਗਏ ਜੀ 3D ਦੇ ਵਿੱਚ। ਫਸਟ ਭਾਅ ਜੀ ਆਪਣੇ ਫਰੰਟ ਤੇ ਪ੍ਰਿੰਟ ਹੋਊਗਾ ਜੀ, ਬੈਕ ਤੇ ਹੋਊਗਾ ਜੀ, 4 ਰੁਪਏ ਦੇ ਬੈਕ ਤੇ ਵੀ ਪ੍ਰਿੰਟ। ਹਾਂਜੀ, ਦੋਨੋਂ ਪਾਸੇ ਪ੍ਰਿੰਟ 50-150 ਰੁਪਏ ਦੀ। ਹਾਂਜੀ, 100 ਰੁਪਏ ਦੀ ਆਪਣੇ ਕੋਲ, 100 ਰੁਪਏ ਦੀ, 100 ਰੁਪਏ ਆ ਭਾਈ। ਨਾਮ ਬੋਲ ਦਿਓ ਜੀ ਸ਼ੌਪ ਦਾ। ਦੁਕਾਨ ਦਾ ਨਾਮ ਬੌਬੀ ਗਾਰਮੈਂਟਸ, ਬੌਬੀ ਗਾਰਮੈਂਟਸ। ਐਡਰੈਸ? ਵਿਵੇਕ ਸਰ ਦੇ ਬਿਲਕੁਲ ਸਾਹਮਣੇ, ਗੁਰਦੁਆਰਾ ਵਿਵੇਕ ਸਰ ਸਾਹਿਬ। ਆ ਦੇਖੋ ਜੀ, ਗੁਰਦੁਆਰਾ ਵਿਵੇਕ ਸਰ ਸਾਹਿਬ ਜੀ ਦੇ ਬਿਲਕੁਲ ਆਪੋਜ਼ਿਟ ਬੌਬੀ ਗਾਰਮੈਂਟਸ ਹੈ ਨਾ ਜੀ। ਹਾਂਜੀ ਹਾਂਜੀ, ਟੀ ਸ਼ਰਟਾਂ ਮਿਲ ਜਾਣਗੀਆਂ ਬੱਚਿਆਂ ਵਾਸਤੇ, ਮਿਲ ਜਾਏਗੀ ਨਿੱਕਰਾਂ, ਮਿਲ ਜਾਏਗੀ ਪੰਜਾਬੀ ਟੀ ਸ਼ਰਟ ਮਿਲ ਜਾਏਗੀ। ਆਹ ਦੇਖੋ ਜੀ, ਨਿੱਕਰ ਵੀ ਤੁਹਾਨੂੰ ਪਹਿਲਾਂ ਮੈਂ ਦਿਖਾ ਦਿਆਂ ਜੀ, ਵੱਡੇ ਸਾਈਜ਼ ਦੀਆਂ ਨਿੱਕਰਾਂ ਜੀ, ਰੰਗ ਤੁਹਾਨੂੰ ਮਿਲ ਜਾਣੇ ਵੱਖਰੇ ਵੱਖਰੇ। 100 ਰੁਪਏ 'ਚ ਨਿੱਕਰ, 100 ਰੁਪਏ 'ਚ ਟੀ ਸ਼ਰਟ, 200 'ਚ ਤੁਹਾਡਾ ਪੂਰਾ ਸੂਟ ਬਣ ਜੂਗਾ ਜੀ। ਹਾਂਜੀ, ਬਾਜ਼ ਵਾਲੀ, ਕਬੂਤਰ ਵਾਲੀ, ਬਾਜ਼ ਵਾਲੀ ਜੀ 100 ਰੁਪਏ ਦੇਵਾਂਗੇ। ਇਹ ਵੀ 100 ਰੁਪਏ ਜੀ। ਆਹ ਦੇਖੋ ਜੀ ਭਾਈ, ਕਿਹੜੇ ਸਾਈਜ਼ ਦੇ ਬੱਚੇ ਦੀ ਹੁੰਦੀ ਆਪਣੇ ਕੋਲ ਜੀ? 1 ਸਾਲ ਤੋਂ ਲੈ ਕੇ 2.5 ਸਾਲ ਤੱਕ ਹੋਏਗੀ। 1 ਸਾਲ ਤੋਂ ਲੈ ਕੇ ਡਬਲ ਐਕਸਲ ਤੱਕ, ਟ੍ਰਿਪਲ ਐਕਸਲ ਤੱਕ? ਹਾਂਜੀ ਹਾਂਜੀ। ਆਵਾਜ਼ ਦਾ ਰੇਟ ਉਹਦਾ ਵੱਡੇ ਸਾਈਜ਼ 150 ਰੁਪਏ, ਵੱਡਾ ਸਾਈਜ਼ ਤੁਹਾਨੂੰ ਮਿਲ ਜਾਊਗਾ 150। ਪੰਜਾਬੀ ਆ ਦੇਖੋ ਜੀ, ਪੰਜਾਬੀ ਦੇ ਵਿੱਚ ਟੀ ਸ਼ਰਟਾਂ ਜਿਹੜੇ ਲਿਖੀਆਂ ਹੁੰਦੀਆਂ ਜੀ, ਉਹ ਵੀ ਤੁਹਾਨੂੰ ਮਿਲ ਜਾਣਗੀਆਂ ਜੀ, ਵੱਖਰੇ ਵੱਖਰੇ ਪ੍ਰਿੰਟ, ਵੱਖਰੇ ਵੱਖਰੇ ਡਿਜ਼ਾਈਨ। ਸਾਡੇ ਤੋਂ ਮਿਲ ਜਾਏਗੀ ਸਰਦਾਰ ਜੀ, ਮਿਲ ਜਾਏਗੀ ਮਾਮੂ ਕੀ ਜਾਨ, ਮਿਲ ਜਾਏਗੀ ਸਾਰੀ ਵਰਾਇਟੀ ਹੈਗੀ ਆਪਣੇ। ਠੀਕ ਹੈ ਠੀਕ ਹੈ। ਸੋ ਭਾਈ ਉਹਨਾਂ ਡੇਲੀ ਸ਼ਾਪ ਓਪਨ ਹੁੰਦੀ ਭਾਈ? ਪਜਾਮੇ ਕਿੰਨੇ ਸ਼ੁਰੂ ਹੋ ਰਹੇ? 150 ਰੁਪਏ ਵਾਲੀ ਟੈਡੀ ਬੇਅਰ ਵਾਲਾ, ਟੈਡੀ ਬੇਅਰ ਵਾਲਾ ਪਜਾਮਾ ਮਿਲੇਗਾ 150 ਰੁਪਏ ਦੇ ਵਿੱਚ ਭਾਈ। ਉਹਨਾਂ ਕੋਲ ਪਜਾਮਾ ਮਿਲ ਜੂਗਾ ਜੀ, NS ਕੱਪੜੇ ਦੇ ਵਿੱਚ ਪਜਾਮਾ, ਟੀ ਸ਼ਰਟਾਂ ਬੱਚਿਆਂ ਵਾਸਤੇ ਭਾਈ, ਸ਼ਰਟਾਂ ਵੀ ਰੱਖੀਆਂ ਹੋਈਆਂ ਜੀ, ਸ਼ਰਟਾਂ ਵੀ ਆ ਜੀ। ਇਹਨਾਂ ਦਾ ਰੇਟ ਜੀ? 200 ਰੁਪਏ ਸ਼ਰਟ ਭਾਈ, 200 ਰੁਪਏ 'ਚ ਸ਼ਰਟ। ਸਾਈਜ਼? ਸਾਈਜ਼ LXL ਸਾਈਜ਼ ਤੁਹਾਨੂੰ ਮਿਲ ਜੂਗਾ 200 ਰੁਪਏ 'ਚ ਸ਼ਰਟ। ਫੁੱਲ ਸਲੀਵ ਹੈ ਨਾ? ਫੁੱਲ ਸਲੀਵ ਸ਼ਰਟ। ਹੋਰ ਵੀ ਵਰਾਇਟੀ ਭਾਈ ਉਹਨਾਂ ਕੋਲ ਬਹੁਤ ਜ਼ਿਆਦਾ ਹੈਗੀ ਆ ਜੀ। ਸੋ ਦੋਸਤੋ, ਆਪਾਂ ਜਾਂਦੇ ਹਾਂ ਜੀ ਅੱਗੇ, ਵਰਾਇਟੀ ਤੁਹਾਨੂੰ ਆਪਾਂ ਦਿਖਾਉਣੀ ਆ ਜੀ ਹੁਣ ਸੂਟਾਂ ਦੀ। ਭਾਈ ਸੂਟਾਂ ਦੀ ਵਰਾਇਟੀ ਕੀ ਰੇਟ ਰੱਖਿਆ ਜੀ ਆਪਣੇ ਕੋਲ? 250 ਮੈਚਿੰਗ ਵਾਲੇ। ਆਹ ਦੇਖੋ ਜੀ, ਮੈਚਿੰਗ ਵਾਲੇ ਸੂਟ ਆ ਗਏ, ਸਲਵਾਰ ਪ੍ਰਿੰਟਡ ਸੂਟ। 5 ਮੀਟਰ ਹੋਊਗਾ ਪੂਰਾ? 5 ਮੀਟਰ ਸੂਟ ਤੁਹਾਨੂੰ ਮਿਲ ਜਾਣਗੇ ਜੀ 250 ਰੁਪਏ ਦੇ ਵਿੱਚ। ਭਾਈ ਦੁਪੱਟੇ ਵਾਲੇ ਵੀ ਹੈਗੇ ਆਪਣੇ ਕੋਲ? ਦੁਪੱਟੇ ਤੋਂ ਬਗੈਰ ਸੂਟ ਮਿਲਣਗੇ ਸਾਰੇ। ਆਹ ਦੇਖੋ, ਜਿਹੜਾ ਮਰਜ਼ੀ ਭਾਈ 250 'ਚ, ਜਿਹੜਾ ਮਰਜ਼ੀ ਮੇਰੀਆਂ ਭੈਣਾਂ ਲੈ ਕੇ ਜਾ ਸਕਦੀਆਂ। 250 'ਚ 5 ਮੀਟਰ। ਆ ਦੇਖੋ ਜੀ, ਕਢਾਈਆਂ ਵਾਲੇ ਵੀ ਸੂਟ ਤੁਹਾਨੂੰ ਮਿਲ ਜਾਣਗੇ 250 'ਚ 5 ਮੀਟਰ। ਮੈਚਿੰਗ ਵਾਲੀ ਸਲਵਾਰ ਹੋ ਗਈ। ਆ ਦੇਖੋ ਜੀ, ਆਹ ਸੂਟ ਹੈ, ਨਾਲ ਤੁਹਾਨੂੰ ਮਿਲੂਗੀ ਸਲਵਾਰ, ਢੇਰ ਲੱਗਾ ਪਿਆ ਜੀ। ਹਰ ਰੋਜ਼ ਭਾਈ ਹੁਣੇ ਇੱਥੇ ਹੁੰਦੇ ਆ ਜੀ, ਭਾਈ ਹੁਣੇ ਦੀ ਪਹਿਚਾਣ ਕਰ ਸਕਦੇ ਬੌਬੀ ਗਾਰਮੈਂਟਸ ਦੇ ਬਿਲਕੁਲ ਨਾਲ। ਇੱਧਰ ਹੋਰ ਵੀ ਟੀ ਸ਼ਰਟਸ ਮਿਲ ਜਾਣਗੇ ਭਾਈ ਜੀ, 100 ਰੁਪਏ ਜੀ, 100-100 ਰੁਪਏ ਦੇ ਵਿੱਚ ਟੀ ਸ਼ਰਟਸ ਆ ਗਈਆਂ। ਹੋਰ ਵੀ ਪ੍ਰਿੰਟ ਟੀ ਸ਼ਰਟਸ ਬੱਚਿਆਂ ਦੀਆਂ ਲਗਾ ਰਿਹਾ। ਦੇਖੋ ਜੀ, ਗੋਲ ਗਲੇ ਦੇ ਵਿੱਚ ਭਾਈ ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? 2 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਵਿੱਚ, 2 ਸਾਲ ਦੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਟੀ ਸ਼ਰਟਸ ਕੁੜੀਆਂ ਵਾਸਤੇ ਪਜਾਮੇ। ਰੇਟ ਭਾਅ ਜੀ ਇਹਦਾ ਜੀ? 100 ਰੁਪਇਆ, 100-100 ਰੁਪਏ ਦੇ ਵਿੱਚ ਖੁੱਲ੍ਹੇ ਡੁੱਲੇ ਪਜਾਮੇ ਆ ਗਏ ਜੀ ਕੁੜੀਆਂ ਵਾਸਤੇ, 100 ਰੁਪਏ 'ਚ ਬੱਚਿਆਂ ਦੇ ਟੀ ਸ਼ਰਟਸ। ਭਾਅ ਜੀ ਆਹ ਨਿੱਕਰਾਂ 100 ਰੁਪਇਆ ਜੀ? ਹਾਂਜੀ,
ਆਹ ਦੇਖੋ ਜੀ ਨਿੱਕਰਾਂ ਬੱਚਿਆਂ ਵਾਸਤੇ 100-100 ਰੁਪਏ ਦੇ ਵਿੱਚ ਇੱਦਾਂ 200 'ਚ ਤੁਹਾਡਾ ਪੂਰਾ ਸੂਟ ਬਣ ਜੂਗਾ ਜੀ, ਰੰਗ ਤੁਹਾਨੂੰ ਮਿਲ ਜਾਣਗੇ ਨਿੱਕਰਾਂ ਦੇ ਵੱਖਰੇ ਵੱਖਰੇ, ਪਿੱਛੇ ਵੀ ਟੀ ਸ਼ਰਟਾਂ ਹੈਗੀਆਂ ਪ੍ਰਿੰਟਡ ਨਿੱਕਰਾਂ, ਪਜਾਮੇ ਬੱਚਿਆਂ ਦੇ ਕਾਫੀ ਵਰਾਇਟੀ ਤੁਹਾਨੂੰ ਇੱਥੇ ਮਿਲ ਜੂਗੀ ਜੀ। ਪਜਾਮੇ ਆ ਗਏ ਜੀ ਇੱਧਰ ਮੁੰਡਿਆਂ ਵਾਸਤੇ, ਪਜਾਮੇ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਪਜਾਮੇ ਆ ਗਏ ਜੀ, ਲਾਈਨਾਂ ਵਾਲੇ ਟੈਡੀ ਬੇਅਰ ਵਾਲੇ ਪਜਾਮੇ ਸੇਲ ਲੱਗ ਚੁੱਕੀ ਹੈ ਜੀ ਪਜਾਮਿਆਂ ਦੀ, ਰਾਮਸਰ ਰੋਡ ਅੰਮ੍ਰਿਤਸਰ ਜੀ। ਆ ਦੇਖੋ ਜੀ 150 ਰੁਪਏ ਭਾਜੀ, 150 ਰੁਪਏ ਵੀਰ ਜੀ, ਜਿਹੜਾ ਮਰਜ਼ੀ ਲਾ ਜਾਓ ਜੀ 150-150 ਰੁਪਏ ਦੇ ਵਿੱਚ। ਆ ਦੇਖੋ ਜੀ ਵੀਰ ਇੱਧਰ ਸ਼ੋਪਿੰਗ ਕਰਦੇ ਹੋਏ ਆ ਜੀ, ਭਾਜੀ ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? ਸਾਈਜ਼ ਸਾਰੇ ਹੁੰਦੇ ਆ, ਐਕਸਲ ਡਬਲ ਐਕਸਲ 3XL 4XL। 4XL ਦਾ ਰੇਟ 200 ਰੁਪਏ, 4XL ਦਾ ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ, 3XL ਦਾ 3XL ਵੀ 200, LXL ਡਬਲ ਐਕਸਲ 150 ਰੁਪਏ ਤੱਕ, ਡਬਲ ਐਕਸਲ ਤੱਕ ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ, ਡਬਲ ਐਕਸਲ ਤੋਂ ਉੱਪਰ ਦਾ ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ। ਸੋਹਣੇ ਸੋਹਣੇ ਪਜਾਮੇ, ਰੰਗ ਬਿਰੰਗੇ ਪਜਾਮੇ ਲੈ ਕੇ ਜਾ ਸਕਦੇ ਹੋ ਜੀ। ਹਾਂ ਦੇਖੋ ਜੀ ਵਾਜਾਂ ਵੀ ਦੇਰ ਭਾਅ ਜੀ, ਕੈਪਰੀਆਂ ਕੈਪਰੀ 150 'ਚ, ਕੈਪਰੀ ਤੁਹਾਨੂੰ ਮਿਲ ਜੂਗੀ 150 ਰੁਪਏ ਦੇ ਵਿੱਚ, ਤੁਸੀਂ ਦੇਖ ਸਕਦੇ ਰੰਗ ਬਿਰੰਗੀਆਂ ਕੈਪਰੀਆਂ। ਔਰ ਟੀ ਸ਼ਰਟ ਭਾਅ ਜੀ 150-150 ਟੀ ਸ਼ਰਟ 100 ਰੁਪਏ, ਟੀ ਸ਼ਰਟ ਤੁਹਾਨੂੰ ਮਿਲ ਜੂਗੀ 100-100 ਰੁਪਏ ਦੇ ਵਿੱਚ, ਗੋਲ ਗਲੇ ਦੇ ਵਿੱਚ ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, 100 ਰੁਪਈਆ ਜੀ 100-100 ਰੁਪਈਆ ਜੀ। ਆਹ ਦੇਖੋ ਜੀ 250 'ਚ 5 ਮੀਟਰ ਸੂਟ ਪ੍ਰਿੰਟਡ, ਨਾਲ ਮੈਚਿੰਗ ਸੂਟ ਸਲਵਾਰ ਮੈਚਿੰਗ ਹੋਊਗੀ, ਨਾਲ ਇਹਦੇ ਦੁਪੱਟਾ ਨਹੀਂ ਮਿਲਣਾ ਜੀ ਤੁਹਾਨੂੰ, ਦੁਪੱਟਾ ਤੁਹਾਨੂੰ ਨਹੀਂ ਮਿਲੂਗਾ ਜੀ। 5 ਮੀਟਰ ਜਿਹੜਾ ਮਰਜ਼ੀ 250 ਜੀ, ਆਲ ਓਵਰ ਵੀ ਹੈਗੇ ਨਹੀਂ ਭਾਜੀ, ਸਾਰੇ ਮੈਚਿੰਗ ਸੂਟ ਵੀ ਹੈਗੇ ਜੀ, ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 250 ਰੁਪਏ ਦੇ ਵਿੱਚ, 5 ਮੀਟਰ ਸੂਟ ਜਿਹੜਾ ਮਰਜ਼ੀ ਛਾਂਟੀ ਕਰਕੇ ਲੈ ਕੇ ਜਾ ਸਕਦੇ ਹੋ ਜੀ। ਪਿੱਛੇ ਚਾਦਰਾਂ ਵੀ ਲੱਗੀਆਂ ਹੋਈਆਂ ਭਾਅ ਜੀ, ਅੱਛਾ ਠੀਕ, ਆਪਣੇ ਕੋਲ ਸੂਟ ਦੀਆਂ ਗੱਲਾਂ ਨਾ, ਸੋ ਭਾਅ ਜੀ ਉਹਨਾਂ ਕੋਲ ਸੂਟਾਂ ਦੀ ਵਰਾਇਟੀ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ ਭਾਅ ਜੀ, ਰੋਜ਼ ਹੀ ਹੁੰਦੇ ਨਾ ਇੱਥੇ? ਹਾਂਜੀ ਭਾਅ ਜੀ ਡੇਲੀ, ਸੋ ਮੇਰਾ ਵੀਰ ਇੱਥੇ ਰੋਜ਼ ਹੀ ਹੁੰਦਾ ਜੀ। ਆਹ ਦੇਖੋ ਜੀ ਆਹ ਬਿਲਡਿੰਗ ਹੈ ਗੁਰਦੁਆਰਾ, ਇਹ ਹੈ ਗੁਰੂ ਰਾਮਦਾਸ ਖਾਲਸਾ, ਹੈ ਨਾ, ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਹੈਗੀ ਆ ਜੀ, ਰਾਮਸਰ ਰੋਡ, ਇਹ ਹੈਗਾ ਦਰਬਾਰ ਸਾਹਿਬ ਨੂੰ ਰਸਤਾ ਜਿਹੜਾ ਚਲੇ ਜਾਂਦਾ ਜੀ, ਸੋ ਇੱਥੇ ਵੀਰ ਉਹਨੇ ਡੇਲੀ ਹੁੰਦੇ ਆ ਜੀ, ਮੇਰੀਆਂ ਭੈਣਾਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੀਆਂ ਜੀ। ਲੇਡੀਜ਼ ਟੀ ਸ਼ਰਟ ਆ ਤੁਹਾਨੂੰ ਦਿਖਾ ਰਿਹਾ, ਦੇਖੋ ਜੀ ਐਮ ਤੋਂ ਲੈ ਕੇ ਐਕਸਲ ਸਾਈਜ਼ ਤੁਹਾਨੂੰ ਮਿਲ ਜੂਗਾ ਜੀ, ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਆ ਦੇਖੋ ਜੀ ਲੇਡੀਜ਼ ਟੀ ਸ਼ਰਟ ਆ ਗਏ ਜੀ, ਨਾਈਟ ਸੂਟ ਰੰਗ ਦੇਖੋ ਜੀ, ਬੇਸ਼ੁਮਾਰ ਰੰਗ, ਜਿੰਨੇ ਮਰਜ਼ੀ ਰੰਗ ਲੈ ਜਾਓ ਜੀ, ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ, 150 ਰੁਪਈਆ ਲੌਂਗ ਟੀ ਸ਼ਰਟਾਂ, ਨਾਲ ਤੁਹਾਨੂੰ ਪੋਕਿਟ ਵੀ ਮਿਲੂਗੀ, ਪੋਕਿਟ ਹੈਗੀ ਨਾਲ, ਪੋਕਿਟ ਤੋਂ ਬਿਨਾਂ ਹੀ ਨਾ, ਪੋਕਿਟ ਤੋਂ ਬਿਨਾਂ ਹੈਗਾ ਜੀ, ਰੇਟ ਤੁਹਾਨੂੰ ਲੱਗੂਗਾ ਜੀ ਇਹਦਾ 150 ਰੁਪਈਆ। ਪਜਾਮੇ ਲੈ ਕੇ ਜਾ ਸਕਦੇ ਹੋ, ਕੋਟਨ ਦੇ ਪਜਾਮੇ ਖੁੱਲ੍ਹੇ ਡੁੱਲੇ, ਰੇਟ 100 ਰੁਪਈਆ ਜੀ, 100-100 ਰੁਪਏ ਦੇ ਵਿੱਚ ਪਜਾਮੇ। ਆਹ ਵਾਲੀਆਂ 100 ਰੁਪਏ ਜੀ, ਆਹ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ 100-100 ਰੁਪਏ ਦੇ ਵਿੱਚ, 100 ਰੁਪਈਆ, 100 ਰੁਪਈਆ ਪਜਾਮਾ, 150 'ਚ ਟੀ ਸ਼ਰਟ। ਇੱਧਰ ਹੋਰ ਵੀ ਪਜਾਮੇ ਕੈਪਰੀਆਂ ਹੈਗੀਆਂ ਭਾਅ ਜੀ, ਇਹਦਾ ਰੇਟ 'ਚ ਰੱਖਿਆ ਜੀ 100-100 ਰੁਪਏ ਦੇ ਵਿੱਚ, ਕੋਟਨ ਦੀਆਂ ਕੈਪਰੀਆਂ ਲੌਂਗ ਸਾਈਜ਼, ਨਾਲ ਤੁਹਾਨੂੰ ਪੋਕਿਟ ਵੀ ਮਿਲੂਗੀ ਜੀ। ਰੰਗ ਦੇਖੋ ਜੀ ਮੁੰਡਿਆਂ ਵਾਸਤੇ ਕੈਪਰੀਆਂ, ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਭਾਅ ਜੀ, ਆਹ ਵੀ 100 ਰੁਪਈਆ ਜੀ, ਇਹ ਤੁਹਾਨੂੰ ਲੰਬੀ ਹੈਗੀ ਥੋੜ੍ਹੀ ਕੈਪਰੀ, ਇਹ ਤੁਹਾਨੂੰ ਮਿਲ ਜੂਗੀ 150 ਰੁਪਏ ਦੇ ਵਿੱਚ, ਕੈਪਰੀਆਂ ਬਹੁਤ ਜ਼ਿਆਦਾ ਵਰਾਇਟੀ ਹੈਗੀ ਆ ਜੀ। ਹੋਰ ਇੱਥੋਂ ਬੱਚਿਆਂ ਦੀਆਂ ਵਰਾਇਟੀਆਂ ਤੁਹਾਨੂੰ ਉੱਥੇ ਮਿਲ ਜਾਣਗੀਆਂ, ਫਰਾਕ ਕਾਫੀ ਕੁਛ ਤੁਹਾਨੂੰ ਉੱਥੇ ਮਿਲ ਜਾਊਗਾ ਜੀ। ਇੱਧਰ ਹੋਰ ਵੀ ਪਜਾਮੇ ਲੱਗੇ ਹੋਏ ਆ ਜੀ, ਲੇਡੀਜ਼ ਵਰਾਇਟੀ ਵੀ ਹੈਗੀ ਸਾਰਾ ਕੁਛ, 150 ਰੁਪਏ ਲੇਡੀਜ਼। ਆਹ ਦੇਖੋ ਜੀ ਲੇਡੀਜ਼ ਪਜਾਮਾ ਜੀ 150 ਰੁਪਏ ਦੇ ਵਿੱਚ, ਵਧੀਆ ਕੁਆਲਿਟੀ ਦੇ ਵਿੱਚ, ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ 150 ਰੁਪਏ। ਇੱਧਰ ਤੁਹਾਨੂੰ ਦਿਖਾ ਰਹੇ ਹਾਂ ਜੀ ਲੇਡੀਜ਼ ਜੁੱਤੀਆਂ ਦੀ ਕਲੈਕਸ਼ਨ, ਆ ਦੇਖੋ ਜੀ ਵੱਖਰੀ ਵੱਖਰੀ ਕਲੈਕਸ਼ਨ ਆ ਗਈ ਜੀ, ਘਰ ਪਾਉਣ ਵਾਸਤੇ, ਡੇਲੀ ਵੇਅਰ ਵਾਸਤੇ, ਕੰਮਾਂ ਕਾਰਾਂ ਦੇ ਵਿੱਚ ਪਾਉਣ ਨੂੰ, ਫੈਂਸੀ ਪਾਰਟੀ ਵੇਅਰ ਜੁੱਤੀਆਂ ਆਏ ਜੀ। ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਈਆ ਜੋੜਾ ਜੀ, 200 ਰੁਪਏ ਦੇ ਵਿੱਚ ਜੋੜਾ। ਆ ਵੀ ਭਾਅ ਜੀ 200 ਰੁਪਈਆ ਜੀ, ਇਹ ਵਾਲੇ ਬੈਲੀਆਂ ਤੁਹਾਨੂੰ ਮਿਲ ਜਾਣਗੀਆਂ 250 ਰੁਪਏ ਦੇ ਵਿੱਚ, ਉੱਪਰ ਵਾਲੀਆਂ 250, ਉੱਪਰ ਵਾਲੀਆਂ ਤੁਹਾਨੂੰ 250, ਅੱਛਾ ਜੀ ਉੱਪਰ ਵਾਲੀਆਂ 250, ਥੱਲੇ ਵਾਲੀਆਂ 200 ਰੁਪਈਆ ਜੀ, ਅਤੇ ਉੱਪਰ ਵਾਲੀਆਂ 300, ਆਹ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ 300-300 ਰੁਪਏ ਦੇ ਵਿੱਚ। ਉੱਪਰ ਵਾਲੀਆਂ ਜਿਹੜੀਆਂ ਹੈਗੀਆਂ ਜੀ ਫੈਂਸੀ ਆਪਣੇ ਜੁੱਤੀਆਂ ਹੈਗੀਆਂ, ਰੇਟ ਇਹਨਾਂ ਤਾਂ ਲੱਗੂਗਾ 300 ਰੁਪਈਆ। ਹੋਰ ਵੀ ਕਾਫੀ ਕੁਛ ਕਲੈਕਸ਼ਨ ਹੈਗੀ ਇੱਧਰ, ਹੋਰ ਵੀ ਫੈਂਸੀ ਕਲੈਕਸ਼ਨ ਹੈਗੀ, ਇਹਨਾਂ ਦੇ ਰੇਟ 'ਚ ਰੱਖਿਆ ਜੀ ਭਾਅ ਜੀ 350, ਇਹਨਾਂ ਦਾ ਰੇਟ ਤਾਂ ਲੱਗੂਗਾ 350। ਆ ਦੇਖੋ ਜੀ ਕਲੈਕਸ਼ਨ, ਇਹਨਾਂ ਦਾ ਰੇਟ ਦੱਸ ਦਿਓ ਭਾਅ ਜੀ ਨਾਲ ਜੀ 200 ਰੁਪਏ, 250 ਰੁਪਏ। ਉੱਪਰ ਵਾਲੀ ਲਾਈਨ 200 ਰੁਪਈਆ ਜੀ, ਥੱਲੇ ਵਾਲੀ 250 ਰੁਪਈਆ, ਮੋਜੇ
ਮੋਜੇ ਵੀ 250 ਰੁਪਏ ਦੇ ਵਿੱਚ ਭਾਈ ਆਹ ਵਾਲੀ ਵੈਰਾਈਟੀ ਜੀ ਭਾਈ 250 ਰੁਪਏ ਇਹ ਵੀ ਸਾਰੀ ਵੈਰਾਈਟੀ ਥੱਲੇ ਤੱਕ 250 ਹਾਂਜੀ ਸੈਂਡਲ 300 ਹੈਗੇ ਸੈਂਡਲ ਜਿਹੜੇ ਹੈਗੇ ਤੁਹਾਨੂੰ ਮਿਲ ਜਾਣਗੇ 300 ਰੁਪਏ ਦੇ ਵਿੱਚ ਉੱਪਰ ਵਾਲੀਆਂ ਜੁੱਤੀਆਂ ਦੇਖੋ ਜੀ ਫੈਂਸੀ ਪਾਰਟੀ ਵੇਅਰ ਜੁੱਤੀਆਂ ਇਹਨਾਂ ਦੇ ਰੇਟ ਤਾਂ ਨਿਕਲੂਗਾ ਜੀ 250 ਜੀ 250 ਡੇਲੀ ਸ਼ੋਪ ਓਪਨ ਹੁੰਦੀ ਹੈ ਨਾ ਜੀ ਹਾਂਜੀ ਡੇਲੀ ਭਾਈ ਜਾਣੇ ਸ਼ੋਪ ਓਪਨ ਹੁੰਦੀ ਹੈ ਸਾਜਨ ਸ਼ੂਜ਼ ਸਟੋਰ ਰਾਮਸਰ ਰੋਡ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਜੀ ਦੇ ਲਾਗੇ ਜੀ ਰਾਜੂ ਗਿਫਟ ਐਂਡ ਜਨਰਲ ਸਟੋਰ ਤੇ ਪਹੁੰਚ ਚੁੱਕੇ ਹਾਂ ਜੀ ਜਿੱਥੋਂ ਤੁਹਾਨੂੰ ਟੋਇਜ਼ ਮਿਲ ਜਾਣਗੇ ਜੀ ਬੱਚਿਆਂ ਵਾਸਤੇ ਖਿਡੌਣੇ ਮਿਲ ਜਾਣਗੇ ਕਾਫੀ ਕੁਛ ਵਰਾਇਟੀ ਤੁਹਾਨੂੰ ਇੱਥੇ ਮਿਲ ਜੂਗੀ ਜਾਂ ਦੇਖੋ ਜੀ ਬੋਰਡ ਲੱਗਾ ਹੋਇਆ ਜੀ ਰਾਜੂ ਗਿਫਟ ਐਂਡ ਜਨਰਲ ਸਟੋਰ ਖਿਡੌਣੇ ਮਿਲ ਜਾਣਗੇ ਬੱਚਿਆਂ ਦੇ ਆ ਦੇਖੋ ਜੀ ਬੱਚਿਆਂ ਦੇ ਖਿਡੌਣੇ ਤੁਸੀਂ ਲੈ ਕੇ ਜਾ ਸਕਦੇ ਹੋ ਭਾਜੀ ਕਿੱਥੋਂ ਸ਼ੁਰੂ ਹੋ ਰਹੇ ਖਿਡੌਣੇ ਆਪਣੇ ਕੋਲ ਜੀ ਆਪਣੇ ਖਿਡੌਣੇ 50 ਰੁਪਏ ਤੋਂ ਸਟਾਰਟ ਹੋ ਜਾਂਦੇ ਭਾਜੀ ਅੱਛਾ 50 ਰੁਪਏ ਆ ਵਾਲੇ ਹਾਂਜੀ ਉਧਰ ਵੀ ਲੱਗੇ ਜੀ ਸਾਹਮਣੇ ਟੈਡੀ ਲੱਗੇ 100 ਰੁਪਏ ਰੇਂਜ ਆ ਸਾਰੀ ਆਈਟਮ ਮਿਕਸ ਲੱਗੀ ਸਾਰੀ ਮਿਕਸ ਆਈਟਮ ਲੱਗੀ 50 ਰੁਪਏ ਤੋਂ ਖਿਡੌਣੇ ਸਟਾਰਟ ਹੁੰਦੇ ਆ ਟੈਡੀ ਬੀਅਰ ਵੀ ਲੱਗੇ ਹੋਏ ਆ ਫੁੱਟਬਾਲਸ ਵੀ ਲੱਗੀਆਂ ਹੋਈਆਂ ਕਾਫੀ ਵੈਰਾਈਟੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਸੋ ਭਾਈ ਉਹਨੇ ਡੇਲੀ ਸ਼ਾਪ ਓਪਨ ਹੁੰਦੀ ਹੈ 100 ਰੁਪਏ ਦੇ ਵਿੱਚ ਪਰਸ ਆ ਗਏ ਜਿੱਪਾਂ ਵਾਲੇ ਪਰਸ ਉਹਦੇ ਉੱਪਰ ਲਟਕਣ ਵੀ ਲੱਗੇ ਹੋਏ ਜੀ ਨਾਲ ਲੇਡੀਜ਼ ਪਰਸ ਜੀ 100 ਰੁਪਈਆ ਆਹ ਵਾਲਾ ਤੁਹਾਨੂੰ ਮਿਲ ਜੂਗਾ ਜੀ 200 ਰੁਪਏ ਦੇ ਵਿੱਚ ਆ ਵੀ ਤੁਹਾਨੂੰ ਮਿਲ ਜੂਗਾ 200 ਰੁਪਏ ਦੇ ਵਿੱਚ ਆਹ ਵਾਲਾ ਜੀ 100 ਰੁਪਏ ਆਹ ਵਾਲੇ ਤੁਹਾਨੂੰ ਮਿਲ ਜਾਣਗੇ 100 ਰੁਪਏ ਦੇ ਵਿੱਚ ਤੇ ਆਹ ਵਾਲੇ ਮੁਲਾਇਮ ਜਿਹੜੇ ਹੁੰਦੇ ਆ ਜੀ ਇਹਨਾਂ ਦਾ ਇਹ ਵੀ ਤੁਹਾਨੂੰ ਮਿਲ ਜੂਗਾ 100 ਰੁਪਏ ਦੇ ਵਿੱਚ ਆ ਵੀ ਬੈਗ 100 ਰੁਪਏ ਜੀ ਆਹ ਵਾਲਾ ਬੈਗ ਤੁਹਾਨੂੰ ਮਿਲ ਜੂਗਾ 100 ਰੁਪਏ ਜੀ 150 ਰੁਪਏ ਦੇ ਵਿੱਚ ਆਹ ਵਾਲਾ 150 ਰੁਪਏ ਦੇ ਵਿੱਚ ਆਹ ਵਾਲੇ ਜੀ 100 ਰੁਪਏ ਜੀ ਹੋਰ ਵੀ ਬੈਗ ਤੁਹਾਨੂੰ ਮਿਲ ਜਾਣਗੇ ਪਰਸ ਇਹਨਾਂ ਦਾ ਰੇਟ ਜੀ 250 ਰੁਪਏ ਦੇ ਵਿੱਚ ਲੇਡੀਜ਼ ਪਰਸ ਆ ਗਏ ਜੀ ਸਾਰੇ 250 ਵਾਲੇ ਜੀ ਹਾਂਜੀ ਅੱਛਾ ਆਹ ਵਾਲੇ 250 ਉੱਪਰ ਵਾਲੇ ਜਿਹੜੇ ਉਹ ਪਏ ਹੋਏ ਪਰ ਉਹਨਾਂ ਦੇ ਰੇਟ ਤਾਂ ਲੋਕ ਜੀ 200 ਰੁਪਏ 30 ਰੁਪਏ ਦੇ ਵਿੱਚ ਲੇਡੀਜ਼ ਟੌਪ ਆ ਗਏ ਜੀ ਆ ਦੇਖੋ ਜੀ ਸ਼ਾਂਤੀ ਕਰਕੇ ਲੈ ਕੇ ਜਾ ਸਕਦੇ ਹੋ ਡੇਲੀ ਵੇਅਰ ਵਾਸਤੇ ਸਾਰਾ ਐਕਸਪੋਰਟ ਦਾ ਮਾਲ ਹੀ ਹੈ ਨਾ ਸਾਰਾ ਐਕਸਪੋਰਟ ਦਾ ਮਾਲ ਮਿਲੂਗਾ ਜੀ ਮੇਰੀਆਂ ਭੈਣਾਂ ਵਾਸਤੇ ਟੌਪ ਆ ਗਏ ਜੀ ਬੱਚਿਆਂ ਵਾਸਤੇ ਟੌਪ ਸਾਰੀ ਵਰਾਇਟੀ ਮਿਕਸ ਰਹਿਣ ਵਾਲੀ ਹੈ ਜੀ ਰੇਟ ਤਾਂ ਲੱਗੂਗਾ ਜੀ ਪਰ ਪੀਸ 30 ਰੁਪਏ ਡੇਲੀ ਦਾ ਰੇਟ 30 ਰੁਪਏ ਸਵਾਹ ਦੇਖੋ ਜੀ ਮੇਰੇ ਵੀਰ ਇੱਥੇ ਹੁੰਦੇ ਆ ਛੋਟੇ ਵੀਰ 30 ਰੁਪਏ ਰੇਟ ਹੈ 30 ਰੁਪਏ ਇੱਧਰ ਵਾਲੇ ਜੈਂਟਸ ਸ਼ਰਟਾਂ ਇਹਨਾਂ ਦਾ ਰੇਟ 30 ਰੁਪਏ ਆਹ ਵੀ ਤੁਹਾਨੂੰ ਮਿਲ ਜਾਣਗੀਆਂ ਜੈਂਟਸ ਸ਼ਰਟਾਂ ਐਕਸਪੋਰਟ ਦਾ ਮਾਲ ਡੇਲੀ ਵੇਅਰ ਵਾਸਤੇ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਪਾਉਣ ਨੂੰ ਜੀ ਇਹਨਾਂ ਦਾ ਰੇਟ ਵੀ ਤੁਹਾਨੂੰ ਲੱਗੂਗਾ ਜੀ 30 ਰੁਪਏ ਆ ਦੇਖੋ ਜੀ ਕਲੈਕਸ਼ਨ ਵਿੱਚ ਸੋਹਣੀ ਸੋਹਣੀ ਵੀ ਤੁਹਾਨੂੰ ਮਿਲ ਜੂਗੀ ਆਹ ਵੀ 30 ਰੁਪਏ 'ਚ ਸ਼ਰਟ ਫੜ ਕੇ ਦਿਖਾਇਓ ਖੋਲ੍ਹ ਕੇ ਆਹ ਦੇਖੋ ਜੀ ਕਿੰਨੇ ਖੁੱਲ੍ਹੀ ਡੁੱਲੀ ਸ਼ਰਟ ਪ੍ਰਿੰਟਡ ਜੀ ਇਹਦਾ ਰੇਟ ਤੁਹਾਨੂੰ ਲੱਗੂਗਾ ਜੀ 30 ਰੁਪਏ ਢੇਰ ਲੱਗਾ ਪਿਆ ਉੱਥੇ ਤੱਕ ਜਿੰਨੇ ਮਰਜ਼ੀ ਛਾਂਟੀ ਕਰਕੇ ਲੈ ਕੇ ਜਾ ਸਕਦੇ 30 ਰੁਪਏ 30 ਰੁਪਏ ਜੀ ਪ੍ਰਿੰਟਡ ਲੌਂਗ ਟੀ ਸ਼ਰਟਸ ਆ ਗਈਆਂ ਜੀ ਕੁੜੀਆਂ ਵਾਸਤੇ ਆ ਦੇਖੋ ਜੀ ਨਾਈਟ ਸੂਟ ਘਰ ਦੇ ਕੰਮਾਂ ਕਾਰਾਂ 'ਚ ਪਾਉਣ ਨੂੰ ਪ੍ਰਿੰਟਡ ਆ ਗਿਆ ਜੀ ਲੌਂਗ ਸਾਈਜ਼ ਭਾਈ ਬਹੁਤ ਜ਼ਿਆਦਾ ਲੌਂਗ ਸਾਈਜ਼ ਆ ਜੀ ਇਹ ਤਾਂ ਕਿੰਨਾ ਲੰਬਾ ਹੋਊਗਾ ਜੀ ਪਜਾਮੇ ਆਪਣੇ ਕੋਲ ਬੜੇ ਸੋਹਣੇ ਸੋਹਣੇ ਹੈਗੇ ਜੀ 100 ਰੁਪਏ ਸਿਰਫ ਜਿਹੜਾ ਮਰਜ਼ੀ ਆਹ ਦੇਖੋ ਜੀ ਪ੍ਰਿੰਟਡ ਸਟੈਚੇਬਲ ਦੇਖੋ ਕਿੰਨਾ ਜੀ ਮਲਾਈ ਕਾਟਨ ਕੱਪੜਾ ਇਹਨੂੰ ਕਹਿੰਦੇ ਆ ਜੀ ਸਟੈਚੇਬਲ ਕੱਪੜਾ ਤੁਹਾਨੂੰ ਮਿਲ ਜੂ ਜੀ ਕੱਪੜੇ ਤੁਹਾਨੂੰ ਵੈਰਾਈਟੀ ਵੱਖਰੇ ਵੱਖਰੇ ਜੀ ਰੰਗ ਬੇਸ਼ੁਮਾਰ ਰੰਗ ਜਿੰਨੇ ਮਰਜ਼ੀ ਲਾ ਦਿਓ ਜੀ ਇਹ ਸਾਰਿਆਂ ਦਾ ਰੇਟ 100 ਰੁਪਏ ਜੀ ਜਿਹੜਾ ਮਰਜ਼ੀ ਛਾਂਟੀ ਕਰਕੇ ਲੈ ਕੇ ਜਾ ਸਕਦੀ ਜੀ ਅੱਛਾ ਜੀ ਇਸ ਤੋਂ ਵੱਡਾ ਸਾਈਜ਼ ਤੁਹਾਨੂੰ ਵੱਖਰੇ ਵੱਖਰੇ ਸਾਈਜ਼ ਮਿਲ ਜਾਣਗੇ ਜਾਂ ਲਓ ਜਾਂ ਹੋਰ ਪ੍ਰਿੰਟਡ ਆ ਗਏ ਪਜਾਮੇ ਜੀ ਵੱਡੇ ਸਾਈਜ਼ ਖੁੱਲ੍ਹੇ ਸਾਈਜ਼ ਇਹਨਾਂ ਦਾ ਰੇਟ ਕੀ ਰਹਿਣ ਵਾਲਾ ਜੀ 100 ਭਾਜੀ ਇਹਨਾਂ ਦਾ ਵੀ 100 ਰੁਪਏ ਜਿਹੜਾ ਮਰਜ਼ੀ ਸਾਈਜ਼ ਲੈ ਜਾਓ ਦੇਖੋ ਜੀ ਕਿੰਨਾ ਖੁੱਲ੍ਹਾ ਡੁੱਲਾ ਸਾਈਜ਼ ਹੈਗਾ ਜੀ 100 ਰੁਪਏ ਜੀ ਆਹ ਵੀ ਢੇਰ ਲੱਗਾ ਪਿਆ ਇੱਧਰ ਰੈਕ ਦੇ ਵਿੱਚ 100 ਰੁਪਏ ਜੀ 100 ਰੁਪਇਆ ਇੱਧਰ ਟੀ ਸ਼ਰਟ ਆ ਗਿਆ ਭਾਜੀ ਆਪਣੇ ਕੋਲ ਜੀ 100 ਰੁਪਏ 100 ਰੁਪਏ ਦੇ ਵਿੱਚ ਲੇਡੀ ਟੀ ਸ਼ਰਟਸ ਲੈ ਕੇ ਜਾ ਸਕਦੇ ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ ਰੰਗਾਂ ਦੀ ਕੋਈ ਕਮੀ ਨਹੀਂ ਹੈਗੀ 100 ਰੁਪਏ ਜੀ 100 ਰੁਪਏ ਇੱਧਰ ਵਾਲੀਆਂ ਵੀ 150 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਦੇਖੋ ਜੀ ਲੌਂਗ ਟੀ ਸ਼ਰਟਸ ਆ ਗਈਆਂ ਜੀ ਜੇਬਾਂ ਵਾਲੀਆਂ ਜੀ ਨਾਲ ਜੇਬਾਂ ਮਿਲਣਗੀਆਂ ਜੀ 150 ਰੁਪਏ ਜੀ 150 ਰੁਪਏ ਜੀ ਲੌਂਗ ਟੀ ਸ਼ਰਟਸ 5 XL ਤੱਕ ਸਾਈਜ਼ ਮਿਲ ਜੂਗਾ ਦੇਖੋ ਜੀ ਆਹ 4XL 5 XL 4 XL 150 ਰੁਪਏ ਜੀ ਭਾਈ ਪੂਰਾ ਸੂਟ ਆਪਣੇ ਕੋਲ ਜੀ 250 ਦਾ ਪੂਰਾ ਸੂਟ ਪਜਾਮਾ ਟੀ ਸ਼ਰਟ ਜੀ ਪੂਰਾ ਨਾਈਟ ਸੂਟ ਜੀ 250 ਰੁਪਏ ਜੀ ਰੰਗ ਦੇਖੋ ਜੀ
ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਲੇਡੀਜ਼ ਨਾਈਟ ਸੂਟ ਜੀ 250 ਰੁਪਿਆ। ਉਹ ਕੀ ਹੈ ਜੀ? ਹੈਂਗਰ ਭਰ ਗਿਆ। ਅੱਛਾ ਜੀ, ਹੈਂਗਰ ਸਾਰਾ ਨਾਈਟ ਸੂਟ ਹੀ ਪਿਆ ਆਪਣੇ ਕੋਲ ਜੀ? ਹੈਂਗਰ ਭਰਿਆ ਪਿਆ ਜੀ। ਸਾਰੇ ਸੂਟਾਂ ਦਾ ਰੇਟ ਹੈਗਾ ਜੀ 250 ਜੀ। ਇੱਧਰ ਪਜਾਮੇ ਹੈ ਜੀ, ਪਜਾਮਿਆਂ ਦੀ ਵਰਾਇਟੀ ਤੁਹਾਨੂੰ ਦਿਖਾ ਚੁੱਕੇ ਹਾਂ। 100 ਰੁਪਿਆ ਛੋਟੇ ਟੀ ਸ਼ਰਟ, 100 ਰੁਪਏ ਜੀ। 100 ਰੁਪਿਆ ਕੈਪਰੀ, 100 ਰੁਪਏ ਜੀ। ਕੈਪਰੀ ਵੀ ਤੁਹਾਨੂੰ ਮਿਲ ਜੂਗੀ 100 ਰੁਪਿਆ ਜੀ। ਭਾਈ ਉਹਨਾਂ ਦੀ ਪਹਿਚਾਣ ਕਰ ਲਓ ਜੀ, ਹਰ ਰੋਜ਼ ਇੱਥੇ ਹੁੰਦੇ ਆ ਜੀ। ਪੱਗਾਂ ਹੀ ਪੱਗਾਂ, ਪਿੱਛੇ ਸ਼ੋਪ ਦਾ ਬੋਰਡ ਲੱਗਾ ਹੋਇਆ ਜੀ। ਹਾਂਜੀ, ਆਹ ਦੇਖੋ ਜੀ, ਇੱਧਰ ਲੋਕੇਸ਼ਨ ਦੇਖੋ ਜੀ, ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਦੇ ਬਿਲਕੁਲ ਆਪੋਜਿਟ। ਭਾਈ ਉਹਨੇ ਇੱਥੇ ਹਰ ਰੋਜ਼ ਇੱਥੇ ਹੁੰਦੇ ਆ ਜੀ, ਮੇਰੀਆਂ ਭੈਣਾਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੀਆਂ ਜੀ। ਦੋਸਤੋ ਤੁਹਾਨੂੰ ਇੱਧਰ ਦਿਖਾਉਂਦੇ ਆ, ਦੇਖੋ ਜੀ ਮਸਾਲੇ ਹੀ ਮਸਾਲੇ ਆ। ਦੇਖੋ ਜੀ, ਜਵੈਣ, ਸੌਂਫ, ਜੀਰਾ, ਕਾਲੀ ਮਿਰਚ ਵਿੱਚ ਮਿਕਸ ਮਸਾਲੇ, ਹਰੀਆਂ ਧਨੀਆ। ਆਹ ਕੀ ਹੈ ਜੀ? ਆਮਚੂਰ, ਅਨਾਰਦਾਨਾ। ਇਹ ਅਨਾਰਦਾਨਾ, ਇਹ ਹੈਗਾ ਜੀ ਮੇਥਰੇ, ਹੈ ਨਾ ਜੀ? ਹਾਂਜੀ, ਮੇਥਰੇ, ਕਲਵੰਜੀ। ਆਹ ਦੇਖੋ ਜੀ, ਇਹ ਕੀ ਹੈ ਜੀ? ਇਹ ਮਲੱਠੀ। ਮਲੱਠੀ, ਆਹ ਇਹ ਕਿਹੜੇ ਕਿਹੜੇ ਮਸਾਲੇ? ਅਲੱਗ ਅਲੱਗ ਹਲਦੀ ਮਿਰਚਾਂ, ਹਲਦੀ ਮਿਰਚਾਂ। ਆਹ ਜਿਹੜਾ ਦੇਗੀ ਮਿਰਚ, ਇਹ ਦੇਗੀ ਮਿਰਚ। ਆਹ ਕੀ? ਦਾਲਚੀਨੀ। ਦਾਲਚੀਨੀ, ਆਹ ਕੀ ਚੀਜ਼ ਆ? ਬਾਜੀ ਅਖਤਾਈ। ਬਾਜੀ ਅਖਤਾਈ, ਬਾਜੀ ਅਖਤਾਈ। ਇਹ ਕਿਹੜੇ ਕੰਮ ਆਉਂਦਾ ਜੀ? ਚਾਹ ਚ ਪਾਈਦਾ। ਇਹ ਚਾਹ ਚ ਪਾਉਣ ਆਉਂਦਾ? ਹਾਂ। ਅੱਛਾ ਜੀ, ਲੌਂਗ, ਲੌਂਗ, ਮੋਟੀਆਂ ਇਲਾਚੀਆਂ। ਆਹ ਕੀ ਹੈ ਜੀ? ਕਾਲੀ ਮਿਰਚ ਪੀਸੀ। ਕਾਲੀ ਮਿਰਚ ਪੀਸੀ ਹੋਈ, ਆਹ ਵੀ ਕਾਲੀ ਮਿਰਚ ਹੈਗੀ ਹੈ ਜੀ। ਹਾਂਜੀ, ਅਤੇ ਤੁਸੀਂ ਵੇਚਦੇ ਕਿੱਦਾਂ ਹੋ? ਇੱਦਾਂ ਦੋ ਗਲਾਸੀਆਂ। ਪਹਿਲਾਂ ਮੈਂ ਤੁਹਾਨੂੰ ਦਿਖਾ ਦੇਵਾਂਗਾ ਜੀ। ਆਹ ਦੇਖੋ ਜੀ, ਅੰਕਲ ਜੀ ਇੱਥੇ ਹੁੰਦੇ ਆ ਜੀ, ਹਰ ਰੋਜ਼ ਹੁੰਦੇ ਆ ਉਹਨਾਂ ਪੱਕਾ ਅੱਡਾ। ਹਾਂਜੀ, ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਹੈਗੀ ਆ ਵਾਲੀ ਪਿੱਛੇ, ਇਹਦੇ ਨਾਲ ਬਿਲਕੁਲ ਹੁੰਦੇ ਆ ਦਰਬਾਰ ਸਾਹਿਬ ਨੂੰ ਰਸਤਾ ਚਲੇ ਜਾਂਦਾ। ਅੱਗੇ ਇੱਥੇ ਨਾ ਗੇਟ ਲੱਗੇ ਹੁੰਦੇ ਆ, ਆਪਣੇ ਗੇਟ ਲਾਏ ਹੁੰਦੇ ਆ ਜੀ ਰੋਕਣ ਵਾਸਤੇ। ਇੱਥੋਂ ਰਸਤਾ ਸਿੱਧਾ ਦਰਬਾਰ ਸਾਹਿਬ ਨੂੰ ਚਲੇ ਜਾਂਦੇ। ਅੰਕਲ ਹੁਣੀ ਇੱਥੇ ਹੁੰਦੇ ਆ ਹਰ ਰੋਜ਼, ਅਤੇ ਹੁਣ ਵੇਚਦੇ ਕਿੱਦਾਂ ਤੁਸੀਂ, ਇਹ ਦੱਸੋ ਜੀ ਹੁਣ। ਦੋ ਗਲਾਸੀਆਂ, ਦਸਾਂ ਦੀਆਂ ਦੋ ਗਲਾਸੀਆਂ। ਅੱਛਾ ਜੀ, ਭਰ ਕੇ ਦੇਣੀਆਂ ਦਸਾਂ ਦੀਆਂ ਦੋ, ਹੈ ਨਾ ਜੀ? ਹਾਂਜੀ ਹਾਂਜੀ। ਓਕੇ ਜੀ, ਦਸਾਂ ਦੀਆਂ ਦੋ ਗਲਾਸੀਆਂ, ਜਿਹੜੀ ਮਰਜ਼ੀ ਚੀਜ਼ ਲੈ ਜਾਓ ਦਸਾਂ ਦੀਆਂ ਦੋ। ਆਹ ਵੀ ਦਸਾਂ ਦੀਆਂ ਦੋ। ਹਾਂਜੀ। ਅੱਛਾ ਜੀ, ਇੱਦਾਂ ਭਰ ਕੇ ਦਸਾਂ ਦੀਆਂ ਦੋ ਲੈ ਕੇ ਜਾ ਸਕਦੇ ਹੋ ਜੀ। ਦੇਖੋ ਜੀ, ਇੱਦਾਂ ਭਰ ਕੇ ਦਿਖਾਉਣਗੇ ਤੁਹਾਨੂੰ ਦਸਾਂ ਦੀਆਂ ਦੋ। ਅਤੇ ਆਹ ਧਨੀਆ ਜੀ, ਇਹ ਵੀ ਦੋ ਦਸਾਂ ਦੀਆਂ ਦੋ। ਆਹ ਕੀ ਚੀਜ਼ ਹੈ? ਕਾਲਾ ਲੂਣ। ਇਹ ਕਾਲਾ ਲੂਣ ਹੈ? ਹਾਂਜੀ। ਅੱਛਾ ਜੀ, ਵੀ ਦਸਾਂ ਦੀਆਂ ਦੋ। ਰਬਟਾਂ ਵੀ ਮਿਲ ਜਾਣਗੇ ਤੁਹਾਨੂੰ ਦਸਾਂ ਦੀਆਂ ਦੋ। ਆਹ ਵੀ ਮਸਾਲਾ ਵੀ ਦਸਾਂ ਦੀਆਂ ਦੋ ਗਲਾਸੀਆਂ ਨਾ ਜੀ। ਜੀਰਾ ਵੀ, ਕਾਲੀ ਮਿਰਚ, ਮਤਲਬ ਕਿ ਜਿਹੜੀ ਵੀ ਚੀਜ਼ ਤੁਸੀਂ ਲਾਓਗੇ ਇੱਥੋਂ ਤੁਹਾਨੂੰ ਦਸਾਂ ਦੀਆਂ ਦੋ ਤੁਸੀਂ ਲੈ ਕੇ ਜਾ ਸਕਦੇ। ਕਿ ਇਸ ਤੋਂ ਉੱਪਰ ਵੀ ਹੈਗੀ ਆ? ਲਾਸਟ ਦਸਾਂ ਦੀਆਂ ਦੋ। ਜਿਹੜੀ ਮਰਜ਼ੀ ਹਲਦੀ ਲੈ ਜਾਓ ਦਸਾਂ ਦੀਆਂ ਦੋ, ਵੱਧ ਜਿੰਨਾ ਮਰਜ਼ੀ ਲੈ ਜਾਓ ਜੀ। ਮਤਲਬ ਕਿ ਸਟਾਰਟਿੰਗ ਰੇਟ ਹੈਗਾ ਜੀ ਦਸਾਂ ਦੀਆਂ ਦੋ ਗਲਾਸੀਆਂ। ਅੰਕਲ ਜੀ ਹੁਣੀ ਹਰ ਰੋਜ਼ ਇੱਥੇ ਹੁੰਦੇ ਆ, ਸੋ ਮੇਰੇ ਵੀਰ ਭੈਣ ਇਹਨਾਂ ਕੋਲੋਂ ਮਸਾਲੇ ਵੀ ਲੈ ਕੇ ਜਾ ਸਕਦੇ ਆ ਜੀ। ਨਾਲ ਹੀ ਤੁਹਾਨੂੰ ਇੱਧਰ ਘਰ ਦੇ ਵਿੱਚ ਵਰਤਣ ਵਾਸਤੇ ਸਮਾਨ ਮਿਲ ਜੂਗਾ ਜੀ। ਆਹ ਦੇਖੋ ਜੀ, ਟੋਕਰੀਆਂ ਮਿਲ ਜਾਣਗੀਆਂ, ਪੌਣੀਆਂ। ਭਾਜੀ ਪੌਣੀ ਬੜੀ ਵੱਡੀ ਹੈ ਜੀ, ਇਹਨਾਂ ਦਾ ਰੇਟ ਕੀ ਰੱਖਿਆ ਜੀ? 60 ਰੁਪਏ। ਕਿੰਨੇ ਦੀ? 60 ਰੁਪਏ। 60 ਰੁਪਏ ਦੀ ਵੱਡੀ ਪੌਣੀ ਆ ਤੁਸੀਂ ਲੈ ਕੇ ਜਾ ਸਕਦੇ ਆ। ਦੇਖੋ ਜੀ, 60 ਰੁਪਏ ਦੀ ਵੱਡੀ ਪੌਣੀ ਜਾਂ ਟੋਕਰੀ, 50 ਰੁਪਏ ਟੋਕਰੀ ਤੁਹਾਨੂੰ ਮਿਲ ਜੂਗੀ, 50 ਰੁਪਏ। ਦੇਖੋ ਜੀ ਸਾਈਜ਼ ਤੁਸੀਂ ਦੇਖ ਸਕਦੇ ਟੋਕਰੀ ਦਾ, ਸਿਰਫ ਇਹਦਾ ਰੇਟ ਲੱਗੂਗਾ ਤੁਹਾਨੂੰ 50 ਰੁਪਏ ਜੀ। ਹੋਰ ਛੋਟੀਆਂ ਪੌਣੀਆਂ ਮੈਸ਼ ਕਰਨ ਵਾਸਤੇ, ਚਿਮਟੇ, ਕੜਛੀਆਂ, ਪੌਣੀਆਂ ਛੋਟੀਆਂ। ਇਹ ਭਾਜੀ ਕਿੰਨੇ ਦਾ ਜੀ? ਅੱਛਾ, ਆਹ ਦੇਖੋ ਜੀ, ਸਟੀਲ ਦਾ ਮਾਲ ਤੁਹਾਨੂੰ ਮਿਲੂਗਾ ਸਾਰਾ 30-30 ਰੁਪਏ ਦੇ ਵਿੱਚ। ਹੋਰ ਵੀ ਕਾਫੀ ਕੁਛ ਭਾਜੀ ਉਹਨਾਂ ਕੋਲ ਇੱਥੇ ਮਿਲ ਜੂਗਾ ਜੀ, ਕਾਫੀ ਵਰਾਇਟੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ। ਤੜਕਾ ਬਣਾਉਣ ਵਾਸਤੇ ਜਿਹੜਾ ਕੀ ਕਹਿੰਦੇ ਕਿ ਮਿਕਸੀ, ਹਾਂਜੀ। ਰੇਟ ਇਹਦਾ ਜੀ? 100 ਰੁਪਏ। ਸਾਰੀਆਂ 100 ਰੁਪਏ ਦੀਆਂ। ਆਹ ਸਾਹਮਣੇ ਜਿਹੜੀਆਂ ਤੁਸੀਂ ਮਿਕਸੀਆਂ ਦੇਖ ਰਹੇ ਹੋ ਜੀ, ਤੜਕਾ ਤੁੜਕਾ ਬਣਾਉਣ ਵਾਸਤੇ 100 ਰੁਪਇਆ ਰੇਟ ਤੁਹਾਨੂੰ ਇਹਦਾ ਰੇਟ ਲੱਗੂਗਾ ਜੀ। 100 ਰੁਪਇਆ ਜੀ, ਲੈਡਰ ਮਿਲ ਜਾਣਗੇ, ਕਰਦਾ ਮਿਲ ਜਾਣਗੀਆਂ ਜੀ, ਪੌਣੀਆਂ। ਆਹ ਦੇਖੋ ਜੀ, ਇੱਧਰ ਮਿਕਸ ਕਰਨ ਨੂੰ ਮਾਲ। ਇਹਦਾ ਭਾਅ ਜੀ ਰੇਟ 50 ਰੁਪਈਏ ਜੀ। ਆਹ ਦੇਖੋ ਜੀ, ਕਾਫੀ ਵਰਾਇਟੀਆਂ ਭਾਈ ਉਹਨਾਂ ਕੋਲ ਇੱਥੇ ਹੁੰਦੀਆਂ, ਤੁਸੀਂ ਘਰ ਦੀਆਂ ਵਰਤਣ ਵਾਸਤੇ ਚੀਜ਼ਾਂ ਲੈ ਕੇ ਜਾ ਸਕਦੇ ਹੋ ਜੀ। ਅੰਕਲ ਹੁਣੀ ਜਿੱਥੇ ਮਸਾਲੇ ਵੇਚਦੇ ਆ, ਭਾਜੀ ਹੁਣੀ ਬਿਲਕੁਲ ਨਾਲ ਹੀ ਹੁੰਦੇ ਆ ਜੀ। ਆਹ ਦੇਖੋ ਜੀ, ਪਹਿਚਾਣ ਕਰ ਲਓ ਜੀ ਇਹਨਾਂ ਦੀ। ਦੇਖੋ ਜੀ, ਦੁਪੱਟੇ ਤੁਹਾਨੂੰ ਮਿਲ ਜਾਣਗੇ ਜੀ, ਕੋਟਨ ਦੇ ਮਿਕਸ ਵਰਾਇਟੀ। ਆਹ ਦੇਖੋ ਜੀ ਭਾਈ, ਆਹ ਕਿਹੜਾ ਕੱਪੜਾ ਜਿੱਧਰ? ਇਹ ਨੈੱਟ ਵਾਲੇ ਦੁਪੱਟੇ ਆ ਗਏ, ਇਹਨਾਂ ਦਾ ਰੇਟ ਭਾਜੀ? 50 ਰੁਪਏ ਦਾ ਸਿੰਗਲ। 50 ਰੁਪਏ ਦੇ ਵਿੱਚ ਸਿੰਗਲ ਸਿੰਗਲ ਦੁਪੱਟਾ, ਨੈੱਟ ਵਾਲੇ ਦੁਪੱਟੇ ਤੁਹਾਨੂੰ ਮਿਲ ਜਾਣਗੇ ਭਾਜੀ। ਇਹਨਾਂ ਦਾ ਰੇਟ ਜੀ 50 ਰੁਪਏ। 50 ਰੁਪਈਏ, ਤੇ ਆਹ ਵਾਲੇ ਗੋਟੇ ਵਾਲੇ
ਇਹ 100 ਰੁਪਏ ਦਾ ਇੱਕ ਦੁਪੱਟਾ ਮਿਲ ਜੂਗਾ ਤੇ 150 ਦੇ 2 ਇੱਧਰ ਤੁਹਾਨੂੰ ਮਿਲ ਜਾਣਗੇ 150 ਦੇ 2 ਖੁੱਲੇ ਡੁੱਲੇ ਦੁਪੱਟੇ ਆ ਗਏ ਜੀ ਕਾਟਨ ਦੇ ਨੈਟ ਵਾਲੇ ਮਿਕਸ ਵੈਰਾਈਟੀ ਤੁਹਾਨੂੰ ਇੱਥੇ ਮਿਲ ਜੂਗਾ ਫੈਂਸੀ ਦੁਪੱਟੇ ਭਾਜੀ ਇਹਨਾਂ ਦਾ ਰੇਟ ਜੀ 150 ਦੇ 2 ਦੁਪੱਟੇ ਜੀ 150 ਦੇ 2 ਦੁਪੱਟੇ 150 ਦੇ 2 ਦੁਪੱਟੇ ਆ ਗਏ ਜੀ ਦੇਖੋ ਜੀ ਇੱਧਰ ਬਿੱਲੀਆਂ ਵੀ ਰੱਖੀਆਂ ਹੋਈਆਂ ਨਾਲ ਭਾਜੀ ਉਹਨੇ ਬਿੱਲੀਆਂ ਵੀ ਪਾਲੀਆਂ ਇੱਥੇ ਆ ਦੇਖੋ ਜੀ ਸਾਡਾ ਭਲੇ ਖਾਣ ਨੂੰ ਪੈਂਦੀ ਹੈ ਤਾਂ ਦੇਖੋ ਅੱਛਾ ਇੱਥੇ ਖੇਡ ਜਿਹੜੇ ਨੇ ਤੁਹਾਡੇ ਕੋਲ ਸਵਾਹ ਭਾਜੀ ਹੁਣ ਇੱਥੇ ਹੈਗੇ ਭਾਜੀ ਦੁੱਧ ਦੁੱਧ ਪਾਉਂਦੇ ਤੁਸੀਂ ਇਹਨੂੰ ਆਪ ਹੀ ਭਾਜੀ ਉਹਨੇ ਨਾਲ ਦੇਖੋ ਜੀ ਜਾਨਵਰ ਵੀ ਕਿੰਨਾ ਪਿਆਰ ਆ ਜੀ ਭਾਜੀ ਨੂੰ ਜਾਨਵਰਾਂ ਨਾਲ ਜਾਨਵਰ ਵੀ ਰੱਖੇ ਹੋਏ ਆ ਇਹਨੂੰ ਦੁੱਧ ਦੁੱਧ ਪਿਲਾਉਂਦੇ ਕੋਲ ਹੀ ਰਹਿੰਦੀਆਂ ਭਾਜੀ ਕਿੰਨੇ ਭਾਜੀ ਇੱਥੇ ਰਹਿੰਦੀਆਂ ਭਾਜੀ ਹੁਣ ਇੱਥੇ ਹਰ ਰੋਜ਼ ਹੁੰਦੇ ਆ ਦੁਪੱਟੇ ਲਗਾਏ ਹੁੰਦੇ ਸੇਲ ਦੇ ਵਿੱਚ ਅਤੇ ਬਿੱਲੀਆਂ ਨਾਲ ਇਹਨਾਂ ਨੂੰ ਪਾਲੀਆਂ ਹੋਈਆਂ ਮੈਨੂੰ ਤਾਂ ਵਾਰ ਵਾਰ ਮੇਰਾ ਦਿਲ ਕਰਦਾ ਮੈਂ ਹੱਥ ਲਾਈ ਜਾਵਾਂ ਆਹ ਦੇਖੋ ਬਹੁਤ ਮੁਲਾਇਮ ਮੁਲਾਇਮ ਲੱਗਦੀਆਂ ਪਈਆਂ ਲੇਡੀਜ਼ ਪਰਸ ਇੱਧਰ ਆ ਗਏ ਜੀ 150 ਰੁਪਏ ਦੇ ਵਿੱਚ ਆਹ ਦੇਖੋ ਜੀ 150 ਰੁਪਏ ਦੇ ਵਿੱਚ ਵੱਖਰੇ ਵੱਖਰੇ ਪਰਸ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਛੋਟਾ ਕਿੰਨੇ ਦਾ 150 ਦਾ ਵੀ ਹਾਂਜੀ ਉਹ ਵੀ ਛੋਟਾ ਪਰਸ ਵੀ 150 ਦਾ ਅਤੇ ਆਹ ਵਾਲਾ 200 ਦਾ ਨਾ ਹਾਂਜੀ ਵੱਡੇ ਪਰਸ ਤੁਹਾਨੂੰ ਮਿਲ ਜਾਣਗੇ 200 ਰੁਪਏ ਦੇ ਵਿੱਚ ਸੋ ਮੇਰੇ ਵੀ ਰੱਖੇ ਹੁੰਦੇ ਆ ਜੀ ਹਰ ਰੋਜ਼ ਇੱਥੋਂ ਆਣ ਕੇ ਤੁਸੀਂ ਪਰਸ ਵੀ ਲੈ ਕੇ ਜਾ ਸਕਦੇ ਹੋ ਇੱਧਰ ਘਰਾਂ ਦੇ ਸਜਾਵਟ ਦੇ ਸਮਾਨ 100 ਦੇ 4 ਜੀ ਘਰਾਂ ਦੇ ਵਿੱਚ ਸਜਾਵਟ ਵਾਸਤੇ ਸ਼ੋਕੇਸ 'ਚ ਰੱਖਣ ਵਾਸਤੇ 100 ਦੇ 4 ਜਿਹੜੇ ਮਰਜ਼ੀ 100 ਦੇ 4 ਹਾਂ ਤੁਸੀਂ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ 100 ਦੇ 4 100 ਦੇ 4 ਜੀ ਮਿਕਸ ਵਰਾਇਟੀ ਮਿਲਣ ਵਾਲੀ 100 ਰੁਪਈਆ ਲਾਸਟ ਰੇਟ ਇਸ ਤੋਂ ਉੱਪਰ ਬਸ 100 ਰੁਪਈਆ ਲਾਸਟ ਨਾ 100 ਰੁਪਈਆ ਲਾਸਟ ਰੇਟ ਹੈਗਾ ਜੀ ਅਤੇ ਆਹ ਵਾਲਾ ਜੀ ਆਹ ਵਾਲੇ ਤੁਹਾਨੂੰ ਮਿਲ ਜਾਣਗੇ 100 ਦੇ 2 ਬਰਡਸ ਵਾਲੇ ਆ ਦੇਖੋ ਜੀ 100 ਰੁਪਏ ਦੇ 2 ਇੱਧਰ 100 ਰੁਪਏ ਦੇ 4 ਜੀ ਇੱਧਰ ਤਵੇ ਤੁਹਾਨੂੰ ਮਿਲ ਜਾਣਗੇ ਵੇਲਣੇ ਮਿਲ ਜਾਣਗੇ ਹਾਂਜੀ ਤਵਾ ਕਿੰਨੇ ਦਾ ਜੀ 200 ਰੁਪਏ ਦੇ ਵਿੱਚ ਤਵਾ ਇਹਦੀ ਡੰਡੀ ਟੁੱਟੀ ਹੋਈ ਹੈ ਆਹ ਦੇਖੋ ਜੀ ਤਵੇ ਵੀ ਆ ਗਏ ਇੱਧਰ ਤੁਹਾਨੂੰ 200 ਰੁਪਏ ਦੇ ਵਿੱਚ ਤਵੇ ਮਿਲ ਜਾਣਗੇ ਜੀ ਲੋਹੇ ਦਾ ਤਵਾ ਨਾ ਆਹ ਦੇਖੋ ਜੀ ਲੋਹੇ ਦੇ ਤਵੇ ਤੁਹਾਨੂੰ ਮਿਲ ਜਾਣਗੇ 200 ਰੁਪਏ ਦੇ ਵਿੱਚ ਇਹ ਸਰਵ ਲੋਹੇ ਦਾ ਤਵਾ ਅੱਛਾ ਜੀ ਆਹ ਦੇਖੋ ਜੀ ਤਵੇ 200 'ਚ ਤੇ ਆਹ ਵਾਲਾ ਜੀ 100 ਰੁਪਏ ਦੇ ਵਿੱਚ ਤੁਹਾਨੂੰ ਚੱਕਲੇ ਨਾ ਚੱਕਲੇ ਹਾਂ ਚੱਕਲੇ ਇੱਧਰ ਹੋਰ ਵੀ ਆਈਟਮਾਂ ਤੁਹਾਨੂੰ ਮਿਲ ਜਾਣਗੇ ਲੱਕੜ ਦੇ ਵੇਲਣੇ ਇਹਨਾਂ ਦਾ ਰੇਟ ਜੀ 70 ਰੁਪਏ ਦਾ ਲੱਕੜ ਦਾ ਵੇਲਣਾ ਤੁਹਾਨੂੰ ਮਿਲ ਜੂਗਾ ਜੀ ਮਧਾਣੀ ਮਿਲ ਜੂਗੀ ਹੱਥ ਨਿੰਬੂ ਨੂੰ ਚੋੜਨ ਵਾਲੀ ਮਿਲ ਜਾਣੀ ਕਾਫੀ ਕੁਛ ਵਰਾਇਟੀਆਂ ਲੱਕੜ ਦੀਆਂ ਇੱਥੋਂ ਆਂਟੀਆਂ ਕੋਲ ਮਿਲ ਜਾਣਗੀਆਂ ਜੀ ਸੋ ਇਹ ਸੀਗਾ ਸਾਡਾ ਅੱਜ ਦਾ ਵਲੌਗ ਰਾਮਸਰ ਮਾਰਕੀਟ ਜਿਹੜੀ ਕਿ ਡੇਲੀ ਓਪਨ ਹੁੰਦੀ ਹੈ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਜਿੱਥੇ ਚੁਪਹਿਰਾ ਸਾਹਿਬ ਲੱਗਦਾ ਜੀ ਸੰਗਤ ਨੂੰ ਸਾਰਿਆਂ ਨੂੰ ਪਤਾ ਹੈ ਚੁਪਹਿਰਾ ਸਾਹਿਬ ਕਿੱਥੇ ਲੱਗਦਾ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਜੀ ਦੇ ਕੋਲ ਬੈਕ ਸਾਈਡ ਦੀ ਮਾਰਕੀਟ ਦੇ ਵਿੱਚ ਸਾਰੀ ਵੈਰਾਈਟੀ ਸਾਰਾ ਰੇਟ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਤੁਸੀਂ ਆਪਣੇ ਪਰਸਨਲ ਵੀਡੀਓ ਸਾਡੇ ਕੋਲੋਂ ਬਣਵਾਉਣਾ ਚਾਹੁੰਦੇ ਕਿਸੇ ਵੀ ਤਰ੍ਹਾਂ ਤੁਹਾਡਾ ਬਿਜ਼ਨਸ ਹੈਗਾ ਜੀ ਨੰਬਰ ਸਾਡਾ ਇੱਧਰ ਉੱਪਰ ਚੱਲਿਆ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਵੀਡੀਓ ਬਣਵਾ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੱਸੋ ਸਾਨੂੰ ਕਮੈਂਟ ਕਰਕੇ ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਅਤੇ ਹੋਰ ਕਿਹੜੀ ਮਾਰਕੀਟ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਅਸੀਂ ਉਸ ਮਾਰਕੀਟ ਦੀ ਵੀਡੀਓ ਬਣਾਉਣ ਵਾਸਤੇ ਜ਼ਰੂਰ ਪਹੁੰਚਾਂਗੇ ਜੀ ਅਤੇ ਇਸ ਟਾਈਮ ਮੈਂ ਆਟੋ ਦੇ ਵਿੱਚ ਬੈਠ ਚੁੱਕਾ ਜੀ ਬੱਸ ਸਟੈਂਡ ਜਾਣ ਵਾਸਤੇ ਹੁਣ ਮੈਂ ਇੱਥੋਂ ਜਾਊਂਗਾ ਬੱਸ ਸਟੈਂਡ ਇੱਥੋਂ ਤੁਸੀਂ ਆਟੋ ਤੋਂ ਵੀ ਆ ਸਕਦੇ ਹੋ ਬੱਸ ਸਟੈਂਡ ਤੋਂ ਆਟੋ ਸਿੱਧੇ ਆਉਂਦੇ ਇੱਥੇ 10 ਰੁਪਏ 20 ਰੁਪਏ ਕਿਰਾਇਆ ਲੈ ਕੇ ਆਉਂਦੇ ਈ ਰਿਕਸ਼ਾ ਆਉਂਦੇ ਆ ਵੱਡੇ ਆਟੋ ਆਉਂਦੇ ਹਰ ਇੱਕ ਤਰ੍ਹਾਂ ਦੀ ਇੱਥੇ ਤੁਹਾਨੂੰ ਆਉਣ 'ਚ ਸਹੂਲਤ ਮਿਲਦੀ ਹੈ ਜੀ ਆਪਣੇ ਕਨਵੈਂਸ 'ਤੇ ਵੀ ਤੁਸੀਂ ਆ ਸਕਦੇ ਹੋ ਆਹ ਮੁੰਡਾ ਪਤਾ ਨਹੀਂ ਕੀ ਦੇਖੀ ਜਾਂਦਾ ਵੀ ਮੇਰੇ ਨਾਲ ਦੇਖੋ ਇੱਧਰ ਅਤੇ ਮੈਨੂੰ ਵੇਖੀ ਜਾਂਦਾ ਵੀ ਬੋਲਦੇ ਨੂੰ ਸੋ ਦੋਸਤੋ ਮੈਂ ਤੁਹਾਨੂੰ ਦੱਸ ਰਿਹਾ ਸੀ ਬੱਸ ਸਟੈਂਡ ਤੋਂ ਆਟੋ 'ਤੇ ਇੱਥੇ ਸਿੱਧੇ ਆ ਸਕਦੇ ਹੋ ਅਤੇ ਇੱਥੋਂ ਸਿੱਧੇ ਤੁਸੀਂ ਬੱਸ ਸਟੈਂਡ 'ਤੇ ਵੀ ਆਟੋ ਦੇ ਰਾਹੀਂ ਜਾ ਸਕਦੇ ਹੋ ਈ ਰਿਕਸ਼ਾ ਹੈਗਾ ਤੁਸੀਂ ਦੇਖ ਸਕਦੇ ਦੇਖੋ ਜੀ ਮੈਂ ਈ ਰਿਕਸ਼ੇ ਦੇ ਵਿੱਚ ਬੈਠਾ ਹੋਇਆ 10 ਜਾਂ 20 ਰੁਪਏ ਕਿਰਾਇਆ ਲੱਗਦਾ ਹੁੰਦਾ ਇੱਥੋਂ ਭਾਈ 20 ਰੁਪਏ ਕਿਰਾਇਆ ਲੱਗਦਾ ਕਿ 10 ਰੁਪਏ ਜੀ 10 ਰੁਪਏ ਕਿਰਾਇਆ ਲੱਗਦਾ 20 ਰੁਪਈਏ 10 ਰੁਪਈਏ ਕਿਰਾਇਆ ਲੱਗਦਾ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਬੱਸ ਸਟੈਂਡ ਨੂੰ ਜਾਣ ਨੂੰ ਜੀ ਸੋ ਦੋਸਤ ਇੱਥੇ ਆਣ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਲੇ ਸ਼ੋਪਿੰਗ ਕਰ ਸਕਦੇ ਹੋ ਅੱਜ ਦੀ ਵੀਡੀਓ ਇੱਥੇ ਐਂਡ ਹੋਣ ਜਾ ਰਹੀ ਹੈ ਵਿਊ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ